ਜਿਸ ਵਿਸ਼ੇ 'ਤੇ ਸਿੱਖਾਂਗੇ ਉਹ ਹੈ ਪਵਿੱਤਰ ਆਤਮਾ ਦੀ ਸਮਰਥ। ਹਾਲੇਲੂਹੀਆ। ਸੋ ਪਵਿੱਤਰ ਆਤਮਾ ਦੀ ਸਮਰਥ ਦੇ ਬਾਰੇ ਸਾਨੂੰ ਪਤਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ। ਸਭ ਕੋ ਜੈ ਮਸੀਹ ਕੀ। ਅੱਜ ਆਪਾਂ ਸਿੱਖਣ ਜਾ ਰਹੇ ਪਵਿੱਤਰ ਆਤਮਾ ਨੂੰ ਲੈ ਕੇ, ਕਿਉਂਕਿ ਪਵਿੱਤਰ ਆਤਮਾ ਨੂੰ ਲੈ ਕੇ ਮੈਂ ਬਹੁਤ ਸਾਰਾ ਕਨਫਿਊਜ਼ ਸੀਗੀ ਕਿ ਪਵਿੱਤਰ ਆਤਮਾ ਸੱਚਮੁੱਚ ਹੁੰਦਾ, ਅਗਰ ਜੇ ਹੁੰਦਾ ਵਾ ਤਾਂ ਕਿਸ ਤਰ੍ਹਾਂ ਗੱਲ ਕਰਦਾ ਹੈ। ਕਈ ਵਾਰ ਆਪਾਂ ਨੂੰ, ਕਿਉਂਕਿ ਮੈਂ ਬਹੁਤ ਜ਼ਿਆਦਾ ਕਨਫਿਊਜ਼ ਸੀ ਇਹ ਪਵਿੱਤਰ ਆਤਮਾ ਵੀ ਇਹਨਾਂ ਨਾਲ ਗੱਲ ਕਰਦਾ ਤਾਂ ਸਾਡੇ ਨਾਲ ਗੱਲ ਕਿਉਂ ਨਹੀਂ ਕਰਦਾ। ਕਈ ਵਾਰੀ ਇਹ ਹੁੰਦਾ ਨਾ ਕਿ ਆਪਣੇ ਨਾਲ ਗੱਲ ਕਿਉਂ ਨਹੀਂ ਕਰਦਾ, ਪਰ ਉਸ ਆਪਣੇ ਨਾਲ ਗੱਲ ਕਿਉਂ ਨਹੀਂ ਕਰਦਾ, ਸਾਰਿਆਂ ਨਾਲ ਗੱਲ ਕਰਦੇ ਆ। ਅਤੇ ਆਪਾਂ ਇਸ ਚੀਜ਼ ਨੂੰ ਜ਼ਰੂਰ ਸਿੱਖਾਂਗੇ, ਬਹੁਤ ਜ਼ਿਆਦਾ ਜ਼ਰੂਰੀ ਆ। ਪਵਿੱਤਰ ਆਤਮਾ ਦੇ ਬਾਰੇ ਵਿੱਚ ਪਤਾ ਹੋਣਾ ਚਾਹੀਦਾ, ਕਿ ਅੱਜ ਕੱਲ੍ਹ ਬਹੁਤ ਸਾਰੇ ਲੋਕ ਆ ਜਿਹੜੇ ਪਵਿੱਤਰ ਆਤਮਾ ਦੇ ਹੈ ਨਾ ਆਪਣੀ ਮਰਜ਼ੀ ਦੇ ਕਰਕੇ ਉਹ ਕਹਿੰਦੇ ਆ, ਪਰ ਨਾਮ ਉਹ ਪਵਿੱਤਰ ਆਤਮਾ ਦਾ ਲੈਂਦੇ ਆ। ਅਤੇ ਉਹਨਾਂ ਨੇ ਆਪਣੇ ਮਨ ਦੀ ਗੱਲ ਕੋਈ ਹੈ ਨਾ ਕਹਿਣੀ ਹੁੰਦੀ ਹੈ, ਅਤੇ ਸਾਨੂੰ ਪਵਿੱਤਰ ਆਤਮਾ ਸਾਨੂੰ ਇੱਦਾਂ ਕਹਿੰਦਾ, ਇਹ ਦੱਸਿਆ ਤੁਹਾਡੇ ਬਾਰੇ, ਤੁਸੀਂ ਇੱਦਾਂ ਕਰੋ, ਤੁਸੀਂ ਉੱਦਾਂ ਕਰੋ। ਲੇਕਿਨ ਉਹਨਾਂ ਦੀ ਆਪਣੀ ਮਰਜ਼ੀ ਹੁੰਦੀ ਆ, ਆਪਣੀ ਹੀ ਗੱਲ ਉਹ ਅੱਗੇ ਰੱਖਣਾ ਚਾਹੁੰਦੇ ਹੁੰਦੇ ਆ, ਅਤੇ ਕਦੀ ਵੀ ਨਹੀਂ ਬੋਲਦਾ ਹੈਗਾ, ਕਦੀ ਵੀ ਉਹਦੀ ਖਿਲਾਫਤ ਵਿੱਚ ਨਹੀਂ ਬੋਲਦਾ। ਅਤੇ ਇਸ ਕਰਕੇ ਸਾਨੂੰ ਇਹ ਡਿਫਰੈਂਟ ਕੀ ਆ, ਆਪਾਂ ਇਹ ਪ੍ਰਭੂ ਦੀ ਦਾਸੀ ਕੋਲ ਸਿੱਖਾਂਗੇ ਕਿ ਇਹਦਾ ਮਤਲਬ ਕੀ ਹੈ। ਅਤੇ ਆਓ ਇਸ ਵੀਡੀਓ ਨੂੰ ਦੇਖੀਏ, ਮੇਰੇ ਵੱਲੋਂ ਸਭ ਕੁਝ ਜਾਣ। ਜਿਸ ਵਿਸ਼ੇ 'ਤੇ ਸਿੱਖਾਂਗੇ ਉਹ ਹੈ ਪਵਿੱਤਰ ਆਤਮਾ ਦੀ ਸਮਰਥ। ਹਾਲੇਲੂਹੀਆ। ਸੋ ਪਵਿੱਤਰ ਆਤਮਾ ਦੀ ਸਮਰਥ ਦੇ ਬਾਰੇ ਸਾਨੂੰ ਪਤਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਫਸਟ ਆਫ ਆਲ ਤਾਂ ਸਾਨੂੰ ਪਵਿੱਤਰ ਆਤਮਾ ਦੇ ਬਾਰੇ ਵਿੱਚ ਪਤਾ ਹੋਣਾ ਬਹੁਤ ਜ਼ਰੂਰੀ ਹੈ। ਅੱਜ ਕੱਲ੍ਹ ਬਹੁਤ ਸਾਰੇ ਲੋਕ ਆ ਜਿਹੜੇ ਆਪਣੀਆਂ ਮਰਜ਼ੀਆਂ ਕਰਦੇ ਆ, ਪਰ ਨਾਮ ਪਵਿੱਤਰ ਆਤਮਾ ਦਾ ਯੂਜ਼ ਕਰਦੇ। ਹਾਲੇਲੂਹੀਆ। ਉਹਨਾਂ ਨੇ ਆਪਣੇ ਮਨ ਦੀ ਕੋਈ ਗੱਲ ਕਹਿਣੀ ਹੁੰਦੀ ਆ ਅਤੇ ਕਹਿ ਦੇਣਗੇ ਜੀ ਸਾਨੂੰ ਪਵਿੱਤਰ ਆਤਮਾ ਨੇ ਇੱਦਾਂ ਕਿਹਾ ਆ, ਸਾਨੂੰ ਪਵਿੱਤਰ ਆਤਮਾ ਨੇ ਇੱਦਾਂ ਕਿਹਾ, ਸਾਨੂੰ ਪਵਿੱਤਰ ਆਤਮਾ ਕਹਿੰਦਾ ਸੀ ਫਲਾਨੇ ਨੂੰ ਜਾ ਕੇ ਆਹ ਕਹਿ ਦੇ, ਪਰ ਅਸਲ ਵਿੱਚ ਉਹ ਉਹਨਾਂ ਦੇ ਆਪਣੇ ਹੀ ਮਨ ਦੀ ਗੱਲ ਹੁੰਦੀ ਹੈ। ਪਵਿੱਤਰ ਆਤਮਾ ਕਦੀ ਵੀ ਪਰਮੇਸ਼ਵਰ ਦੇ ਵਚਨ ਦੀ ਖਿਲਾਫਤ ਵਿੱਚ ਕੋਈ ਵੀ ਗੱਲ ਨਹੀਂ ਕਰਦਾ, ਸਮਝ ਰਹੇ ਹੋ? ਕਿਉਂਕਿ ਕੋਈ ਵੀ ਮਤਲਬ ਪਰਮੇਸ਼ਵਰ ਆਪਣੇ ਹੀ ਵਚਨ ਦੀ ਖਿਲਾਫਤ ਦੇ ਵਿੱਚ ਗੱਲ ਕਿਉਂ ਕਰੂਗੇ? ਪਵਿੱਤਰ ਆਤਮਾ ਮਤਲਬ ਪਰਮੇਸ਼ਵਰ ਦਾ ਆਤਮਾ। ਹਾਲੇਲੂਹੀਆ। ਸੋ ਇਸ ਗੱਲ ਨੂੰ ਤੇ ਨਾ ਬੜਾ ਜ਼ਿਆਦਾ ਗੌਰ ਦੇ ਵਿੱਚ ਰੱਖੋ ਕਿ ਕਦੀ ਵੀ ਆਪਣੇ ਮਨ ਦੀ ਗੱਲ ਪਵਿੱਤਰ ਆਤਮਾ ਕਹਿ ਕੇ ਨਾ ਕਰੋ, ਅਦਰਵਾਈਜ਼ ਅਸੀਂ ਬਹੁਤ ਵੱਡੇ ਖਤਰੇ ਨੂੰ ਆਪਣੇ ਜੀਵਨ ਦੇ ਵਿੱਚ ਜਿਹੜਾ ਆ ਸੱਦਾ ਦੇ ਦਿੰਦੇ ਹਾਂ। ਔਰ ਫਿਰ ਅਸੀਂ ਉਸ ਚੀਜ਼ ਤੋਂ ਵਾਕਿਫ ਹੋਣੇ ਚਾਹੀਦੇ ਹਾਂ ਕਿ ਮੇਰੇ ਨਾਲ ਕਿਹੜਾ ਆਤਮਾ ਗੱਲ ਕਰ ਰਿਹਾ ਹੈ, ਮੇਰਾ ਆਤਮਾ, ਦੁਸ਼ਟ ਆਤਮਾ ਜਾਂ ਪਰ। ਜਦੋਂ ਅਸੀਂ ਗੱਲ ਆਪਣੀ ਕਹਿਣੀ ਹੁੰਦੀ ਆ ਤੇ ਨਾਮ ਪਵਿੱਤਰ ਆਤਮਾ ਦਾ ਵਰਤ ਲੈਂਦੇ ਹਾਂ। ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਕਿ ਪਵਿੱਤਰ ਆਤਮਾ ਕੀ ਆ, ਪਵਿੱਤਰ ਆਤਮਾ ਦਾ ਸੁਭਾਅ ਕੀ ਆ। ਔਰ ਫਿਰ ਅਸੀਂ ਉਸ ਚੀਜ਼ ਤੋਂ ਵਾਕਿਫ ਹੋਣੇ ਚਾਹੀਦੇ ਹਾਂ ਕਿ ਮੇਰੇ ਨਾਲ ਕਿਹੜਾ ਆਤਮਾ ਗੱਲ ਕਰ ਰਿਹਾ ਹੈ, ਮੇਰਾ ਆਤਮਾ, ਦੁਸ਼ਟ ਆਤਮਾ ਜਾਂ ਪਰਮੇਸ਼ਵਰ ਦਾ ਪਵਿੱਤਰ ਆਤਮਾ। ਪਹਿਚਾਣ ਹੀ ਨਹੀਂ ਹੁੰਦੀ, ਸਿੱਧਾ ਹੀ ਜਾ ਕੇ ਸਾਨੂੰ ਜੀ ਪਵਿੱਤਰ ਆਤਮਾ ਨੇ ਆਹ ਗੱਲ ਕਹੀ। ਔਰ ਅਗਰ ਤੁਹਾਨੂੰ ਪਵਿੱਤਰ ਆਤਮਾ ਨੇ ਕਿਹਾ ਕਿ ਤੁਹਾਡਾ ਫਾਇਦਾ ਹੋਣ ਵਾਲਾ ਹੈ, ਬਹੁਤ ਸਾਰੇ ਲੋਕ ਸਾਨੂੰ ਕਹਿੰਦੇ ਜੀ ਪਵਿੱਤਰ ਆਤਮਾ ਨੇ ਕਿਹਾ ਤੁਸੀਂ ਆਹ ਵਾਲਾ ਕੰਮ ਕਰ ਲਓ, ਤੁਹਾਡਾ ਇਹਦੇ ਵਿੱਚ ਬੜਾ ਫਾਇਦਾ, ਜਿੱਥੇ ਆਣ ਕੇ ਤੁਸੀਂ ਸਾਨੂੰ ਇਹ ਗੱਲ ਕਹਿ ਦੋਗੇ ਨਾ ਸਾਨੂੰ ਪਵਿੱਤਰ ਆਤਮਾ ਨੇ ਕਿਹਾ, ਅਸੀਂ ਉੱਥੇ ਤੁਹਾਨੂੰ ਟੋਕ ਨਹੀਂ ਸਕਦੇ, ਅਸੀਂ ਤੁਹਾਨੂੰ ਤੁਹਾਡੇ ਉਸ ਫੈਸਲੇ ਨੂੰ ਅਸੀਂ ਕਦੀ ਵੀ ਰੱਦ ਨਹੀਂ ਕਰਾਂਗੇ। ਤੁਹਾਡੀ ਜ਼ਿੰਦਗੀ ਦਾ ਅਗਰ ਉਹ ਫੈਸਲਾ ਆ, ਤੁਸੀਂ ਆਣ ਕੇ ਕਹੋਗੇ ਨਾ ਕਿ ਪਾਸਟਰ ਜੀ ਸਾਨੂੰ ਪਵਿੱਤਰ ਆਤਮਾ ਨੇ ਕਿਹਾ ਕਿ ਸਾਰਾ ਟੱਬਰ ਕੈਨੇਡਾ ਨੂੰ ਚਲ ਜਾਓ, ਤਾਂ ਮੈਂ ਤੁਹਾਨੂੰ ਕਦੀ ਨਹੀਂ ਕਹੂੰਗੀ ਕਿ ਤੁਸੀਂ ਨਾ ਜਾਓ, ਕਿਉਂਕਿ ਤੁਸੀਂ ਨਾਮ ਇੰਨਾ ਵੱਡਾ ਲੈ ਲਿਆ, ਤੁਸੀਂ ਰੈਫਰੈਂਸ ਇੰਨਾ ਵੱਡਾ ਦੇ ਦਿੱਤਾ ਜਿਸ ਰੈਫਰੈਂਸ ਨੂੰ ਮੈਂ ਬ੍ਰੇਕ ਨਹੀਂ ਕਰ ਸਕਦੀ। ਪਰ
ਅਗਰ ਪਵਿੱਤਰ ਆਤਮਾ ਤੁਹਾਨੂੰ ਕਿਸੇ ਜਗ੍ਹਾ ਤੇ ਭੇਜਦਾ ਆ ਜਾਂ ਕੋਈ ਕੰਮ ਕਰਨ ਦੇ ਲਈ ਕਹਿੰਦਾ ਆ, ਤੁਹਾਨੂੰ ਪਤਾ ਉੱਥੇ ਹਮੇਸ਼ਾ ਜ਼ਿੰਦਗੀ ਹੋਊਗੀ, ਉੱਥੇ ਹਮੇਸ਼ਾ ਬਚਾਅ ਹੋਏਗਾ, ਉੱਥੇ ਹਮੇਸ਼ਾ ਪਰਮੇਸ਼ਵਰ ਦੀ ਮਹਿਮਾ ਹੋਏਗੀ। ਪਰ ਅਗਰ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਪਵਿੱਤਰ ਆਤਮਾ ਨੇ ਕਿਹਾ ਜੀ ਤੂੰ 1 ਲੱਖ ਰੁਪਈਆ ਫਲਾਨੇ ਨੂੰ ਦੇ ਦੇ ਤੇ ਤੇਰਾ 2 ਲੱਖ ਹੋ ਜਾਣਾ, ਇੱਦਾਂ ਦੀਆਂ ਗੱਲਾਂ ਵੀ ਲੈ ਕੇ ਸਾਡੇ ਕੋਲ ਬਹੁਤ ਸਾਰੇ ਲੋਕ ਆਉਂਦੇ ਆ ਕਿ ਪਵਿੱਤਰ ਆਤਮਾ ਨੇ ਕਿਹਾ ਕਿ ਤੂੰ 1 ਲੱਖ ਰੁਪਏ ਦੀ ਇਨਵੈਸਟਮੈਂਟ ਇਹਦੇ ਕੋਲ ਕਰ ਦੇ ਤੇ ਤੇਰਾ ਜਿਹੜਾ ਮਹੀਨੇ 'ਚ ਹੀ ਜਾਂ ਸਾਲ ਵਿੱਚ 2 ਲੱਖ ਰੁਪਇਆ ਹੋ ਜਾਣਾ। ਤੇ ਪਾਸਟਰ ਜੀ ਹੁਣ ਤੇ ਉਹ ਪੈਸੇ ਲੈ ਕੇ ਭੱਜ ਗਿਆ, ਦੱਸੋ ਕੀ ਕਰੀਏ? ਤੁਹਾਨੂੰ ਕੀ ਲੱਗਦਾ ਪਵਿੱਤਰ ਆਤਮਾ ਤੁਹਾਡੇ ਨਾਲ ਧੋਖਾ ਕਰੇਗਾ? ਉਹ ਪਰਮੇਸ਼ਵਰ ਦਾ ਆਤਮਾ ਆ, ਉਹ ਧੋਖੇ ਦਾ ਆਤਮਾ ਨਹੀਂ ਆ। ਵਚਨ ਦੇ ਵਿੱਚ ਲਿਖਿਆ ਆ ਜਿਹੜੀਆਂ ਸੋਚਾਂ ਮੈਂ ਤੁਹਾਡੇ ਵਾਸਤੇ ਸੋਚਦਾ ਆ ਉਹ ਫਾਇਦੇ ਦੀਆਂ ਆ, ਹਾਨੀ ਦੀਆਂ ਨਹੀਂ ਆ, ਲਾਭ ਦੀਆਂ ਆ। ਉਹ ਚੰਗੀਆਂ ਆ, ਭਲਿਆਈ ਦੀਆਂ ਆ, ਬੁਰੀਆਂ ਨਹੀਂ, ਬੁਰਿਆਈ ਦੀਆਂ ਨਹੀਂ। ਤਾਂ ਫਿਰ ਪਵਿੱਤਰ ਆਤਮਾ ਆਪਣੇ ਹੀ ਬੱਚਿਆਂ ਨੂੰ ਕਿਉਂ ਖੱਜਲ ਕਰੂਗਾ, ਕਿਉਂ ਧੋਖਾ ਦੇਊਗਾ? ਪਰ ਹਕੀਕਤ ਕੀ ਹੈ ਕਿ ਸਾਡਾ ਆਪਣਾ ਹੀ ਲਾਲਚ, ਸਾਡਾ ਆਪਣਾ ਮਨ, ਸਾਡਾ ਆਤਮਾ ਕਹਿ ਰਿਹਾ ਹੈ ਕਿ ਤੂੰ ਇੱਥੇ ਇਨਵੈਸਟਮੈਂਟ ਕਰ, ਕਿਉਂਕਿ ਜਿਹੜੀਆਂ ਗੱਲਾਂ ਅਸੀਂ ਸੁਣੀਆਂ ਉਹ ਸਾਨੂੰ ਇੱਦਾਂ ਲੱਗੀਆਂ ਜਿੱਦਾਂ ਬਹੁਤ ਫਾਇਦੇ ਦੀਆਂ ਆ, ਅਸੀਂ ਉਹਨਾਂ ਗੱਲਾਂ ਵਿੱਚ ਭਰਮਾਏ ਗਏ ਤੇ ਅਸੀਂ ਨਾਮ ਲੈ ਲਿਆ ਪਵਿੱਤਰ ਆਤਮਾ ਦਾ, ਕਿਉਂਕਿ ਸਾਨੂੰ ਤਾਂ ਇੱਦਾਂ ਲੱਗਦਾ ਕਿ ਆਲ ਦਾ ਟਾਈਮ ਸਾਡੇ ਨਾਲ ਪਵਿੱਤਰ ਆਤਮਾ ਹੀ ਗੱਲ ਕਰਦਾ ਆ। ਪਰ ਪਵਿੱਤਰ ਆਤਮਾ ਹੈ ਕੀ? ਪਵਿੱਤਰ ਆਤਮਾ ਜਦੋਂ ਇੱਕ ਆਤਮਾ ਜਿਹਦੇ ਵਿੱਚੋਂ ਹਰ ਪ੍ਰਕਾਰ ਦੀ ਬੁਰਿਆਈ ਖਤਮ ਹੋ ਜਾਂਦੀ ਆ, ਜਿਹਦੇ ਵਿੱਚੋਂ ਹਰ ਪ੍ਰਕਾਰ ਦਾ ਪਾਪ ਖਤਮ ਹੋ ਜਾਂਦਾ ਆ, ਜਿਹਦੇ ਅੰਦਰੋਂ ਹਰ ਪ੍ਰਕਾਰ ਦਾ ਝੂਠ ਖਤਮ ਹੋ ਜਾਂਦਾ, ਹਰ ਪ੍ਰਕਾਰ ਦਾ ਫਰੇਬ ਖਤਮ ਹੋ ਜਾਂਦਾ, ਹਰ ਪ੍ਰਕਾਰ ਦੀ ਨਫ਼ਰਤ ਖਤਮ ਹੋ ਜਾਂਦੀ, ਹਰ ਪ੍ਰਕਾਰ ਦੀ ਕਿੰਤੂ ਪਰੰਤੂ ਖਤਮ ਹੋ ਜਾਂਦੀ, ਹਰ ਉਹ ਚੀਜ਼ ਜੋ ਪਰਮੇਸ਼ਵਰ ਨੂੰ ਪਸੰਦ ਨਹੀਂ ਆ, ਜਦੋਂ ਕਿਸੇ ਆਤਮਾ ਦੇ ਵਿੱਚੋਂ ਹਰ ਬੁਰਾਈ ਖਤਮ ਹੋ ਜਾਏ ਤੇ ਉਹ ਆਤਮਾ ਕੀ ਬਚੇਗਾ? ਪਵਿੱਤਰ ਆਤਮਾ। ਕਿਉਂਕਿ ਉਸ ਤੋਂ ਪਹਿਲਾਂ ਕੀ ਆ? ਉਹ ਇੱਕ ਸਧਾਰਨ ਆਤਮਾ ਆ, ਤੇ ਸਧਾਰਨ ਆਤਮਾ ਦੇ ਵਿੱਚ ਕੀ ਆ? ਲਾਲਚ ਵੀ ਆ, ਫਰੇਬ ਆ, ਨਫ਼ਰਤ ਆ, ਈਰਖਾ ਆ, ਵਿਭਚਾਰ ਆ, ਬਹੁਤ ਬੁਰਾਈਆਂ ਆ, ਆਪਣੇ ਫਾਇਦੇ ਦੀਆਂ ਸੋਚਦਾ। ਇੱਕ ਸਧਾਰਨ ਆਤਮਾ, ਇੱਕ ਸਧਾਰਨ ਇਨਸਾਨ ਦੀ ਗੱਲ ਕਰੋ, ਕਿਉਂਕਿ ਇਹ ਜਿਹੜਾ ਜਿਸਮ ਆ ਨਾ, ਇਹ ਇੱਕ ਕੋਸਟਿਊਮ ਆ, ਇਹ ਇੱਕ ਆਤਮਾ ਦਾ ਵਸਤਰ ਆ। ਅਗਰ ਆਤਮਾ ਇਹਦੇ ਵਿੱਚੋਂ ਨਿਕਲ ਜਾਏ ਤਾਂ ਜਿਸਮ ਕੁਛ ਵੀ ਨਹੀਂ ਆ, ਇਹਦੇ ਅੰਦਰ ਇੱਕ ਆਤਮਾ ਆ ਜਿਹੜਾ ਇਸ ਜਿਸਮ ਨੂੰ ਲਈ ਫਿਰਦਾ ਆ। ਖੁਆਇਸ਼ ਜਿਸਮ ਦੀ ਨਹੀਂ ਆ, ਖੁਆਇਸ਼ ਇਸ ਜਿਸਮ ਦੇ ਅੰਦਰ ਜਿਹੜਾ ਆਤਮਾ ਆ ਉਹਦੀ ਹੁੰਦੀ ਆ, ਸਮਝਦੇ ਹੋ ਇਸ ਗੱਲ ਨੂੰ? ਤਾਂ ਜਦੋਂ ਇੱਕ ਸਧਾਰਨ ਇਨਸਾਨ ਦੇ ਜੀਵਨ ਵੱਲ ਨੂੰ ਤੁਸੀਂ ਦੇਖੋਗੇ, ਉਹਦੀਆਂ ਜ਼ਰੂਰਤਾਂ ਸਧਾਰਨ ਹੋਣਗੀਆਂ, ਸੰਸਾਰਕ ਹੋਣਗੀਆਂ, ਉਹਦੀਆਂ ਖੁਆਇਸ਼ਾਂ ਸਧਾਰਨ ਤੇ ਸੰਸਾਰਕ ਹੋਣਗੀਆਂ। ਪਰ ਇੱਕ ਆਤਮਕ ਇਨਸਾਨ ਜਦੋਂ ਤੁਸੀਂ ਉਹਦੇ ਜੀਵਨ ਵਿੱਚ ਝਾਤੀ ਮਾਰੋਗੇ, ਉਹਦੀਆਂ ਜ਼ਰੂਰਤਾਂ ਵੀ ਹੋਰ ਹੋਣਗੀਆਂ, ਉਹਦੀਆਂ ਖੁਆਇਸ਼ਾਂ ਵੀ ਹੋਰ ਹੋਣਗੀਆਂ, ਉਹਦੀਆਂ ਗੱਲਾਂ ਬਾਤਾਂ ਵੀ ਹੋਰ ਹੋਣਗੀਆਂ। ਇੱਕ ਸਧਾਰਨ ਇਨਸਾਨ ਅਗਰ ਉਹ ਔਰਤ ਆ ਤਾਂ ਉਹ ਔਰਤਾਂ ਵਿੱਚ ਬੈਠੇਗੀ ਤਾਂ ਸੂਟਾਂ ਦੀਆਂ ਗੱਲਾਂ ਕਰੇਗੀ, ਗਹਿਣਿਆਂ ਦੀਆਂ ਗੱਲਾਂ ਕਰੇਗੀ, ਨੌ ਸੱਸ ਦੀਆਂ ਗੱਲਾਂ ਕਰਨਗੇ, ਰਿਸ਼ਤੇਦਾਰਾਂ ਦੀਆਂ ਗੱਲਾਂ ਕਰਨਗੇ। ਇੱਕ ਮਰਦ ਆ ਉਹ ਆਪਣੇ ਦੋਸਤਾਂ ਮਿੱਤਰਾਂ ਵਿੱਚ, ਕਿਤੇ ਸਾਕ ਸੰਬੰਧੀਆਂ ਵਿੱਚ ਬੈਠੇਗਾ ਤਾਂ ਜ਼ਮੀਨ ਦੀ ਗੱਲ ਕਰੇਗਾ, ਕਾਰੋਬਾਰ ਦੀ ਗੱਲ ਕਰੇਗਾ, ਪੈਸੇ ਧੇਲੇ ਦੀ ਗੱਲ ਕਰੇਗਾ, ਔਲਾਦ ਦੀ ਗੱਲ ਕਰੇਗਾ। ਇਹ ਕੀ ਆ? ਇੱਕ ਸਧਾਰਨ ਇਨਸਾਨ ਦੀ ਪਹਿਚਾਣ। ਪਰ ਜਿਹਦਾ ਰਿਸ਼ਤਾ ਪਰਮੇਸ਼ਵਰ ਦੇ ਨਾਲ ਕਾਇਮ ਹੋ ਗਿਆ, ਜਦ ਉਹ ਕਿਸੇ ਨਾਲ ਬੈਠੇਗਾ ਤੇ ਉਹ ਉਸ ਜਗ੍ਹਾ ਤੇ ਪਰਮੇਸ਼ਵਰ ਦੀ ਗੱਲ ਕਰੇਗਾ, ਪਰਮੇਸ਼ਵਰ ਦੇ ਵਚਨ ਦੀ ਗੱਲ ਕਰੇਗਾ, ਉਹਦੀ ਗੱਲਬਾਤ ਹੋਰ ਹੋਊਗੀ, ਉਹਦੀਆਂ ਗੱਲਾਂ ਵਿੱਚ ਚਿੰਤਾ ਨਹੀਂ ਹੋਊਗੀ, ਉਹਦੀਆਂ ਗੱਲਾਂ ਵਿੱਚ ਫਿਕਰ ਨਹੀਂ ਹੋਊਗਾ, ਉਹਦੀਆਂ ਗੱਲਾਂ ਦੇ ਵਿੱਚ ਹੌਸਲਾ, ਤਸੱਲੀ, ਦਲੇਰੀ, ਪਰਮੇਸ਼ਵਰ ਦੀ ਰਜ਼ਾ ਹੋਏਗੀ। ਜਦੋਂ ਸਧਾਰਨ ਆਤਮਾ ਦੇ ਵਿੱਚੋਂ ਗਲਤ ਚੀਜ਼ਾਂ ਨਿਕਲ ਜਾਣ, ਮਤਲਬ ਇਹ ਹਾਲ ਆ, ਇੱਥੋਂ ਲਾਈਟ ਚਲੇ ਜਾਏ ਤਾਂ ਪਿੱਛੇ ਕੀ ਬਚੇਗਾ?
ਹਨੇਰਾ ਤੇ ਹਨੇਰਾ ਆ ਲਾਈਟ ਆ ਜਾਵੇ ਤਾਂ ਕੀ ਹੋ ਜਾਏਗਾ ਚਾਨਣ ਮਤਲਬ ਦੋ ਚੀਜ਼ਾਂ ਆ ਇੱਕ ਡਾਰਕਨੈਸ ਤੇ ਇੱਕ ਲਾਈਟ ਹਨੇਰਾ ਤੇ ਚਾਨਣ ਦੋਹਾਂ ਚੋਂ ਇੱਕ ਚੀਜ਼ ਨਿਕਲੇਗੀ ਤਾਂ ਦੂਜੀ ਉੱਥੇ ਹਾਜ਼ਰ ਹੋਊਗੀ ਅਗਰ ਸਾਡੇ ਅੰਦਰੋਂ ਪਿਓਰਿਟੀ ਨਿਕਲ ਜਾਏ ਸਾਡੇ ਅੰਦਰੋਂ ਜਿਹੜਾ ਸਾਡਾ ਖਾਲਸ ਸੁਭਾਅ ਆ ਅਗਰ ਸੱਚਾਈ ਸਾਡੇ ਅੰਦਰੋਂ ਨਿਕਲ ਜਾਏ ਤਾਂ ਪਿੱਛੇ ਕੀ ਬਚੇਗਾ ਝੂਠ ਸਾਡੇ ਅੰਦਰੋਂ ਸਬਰ ਸੰਤੋਖ ਨਿਕਲ ਜਾਏ ਤਾਂ ਪਿੱਛੇ ਕੀ ਹੋਏਗਾ ਲਾਲਚ ਪਵਿੱਤਰਦਾਰੀ ਨਿਕਲ ਜਾਏ ਤਾਂ ਪਿੱਛੇ ਕੀ ਹੋਏਗਾ ਵਿਚਾਰ ਹੁਣ ਅਗਰ ਸਾਡੇ ਵਿੱਚੋਂ ਚੰਗਿਆਈਆਂ ਨਿਕਲ ਜਾਣ ਤਾਂ ਸਾਡਾ ਆਤਮਾ ਕੀ ਹੋ ਜਾਏਗਾ ਦੁਸ਼ਟ ਆਤਮਾ ਕਿਉਂਕਿ ਸਿਰਫ ਦੁਸ਼ਟ ਗੁਣਾ ਪਿੱਛੇ ਬਚੇਗਾ ਸਮਝ ਰਹੇ ਤੁਸੀਂ ਇਸ ਗੱਲ ਨੂੰ ਅਗਰ ਚੰਗੀਆਂ ਚੀਜ਼ਾਂ ਨਿਕਲ ਜਾਣ ਤਾਂ ਪਿੱਛੇ ਕੀ ਰਹੇਗਾ ਬੁਰੀਆਂ ਚੀਜ਼ਾਂ ਤੇ ਅਗਰ ਬੁਰਾਈ ਨਿਕਲ ਜਾਏ ਤਾਂ ਫਿਰ ਪਿੱਛੇ ਕੀ ਹੋਏਗਾ ਚੰਗਿਆਈ ਪਵਿੱਤਰਤਾਈ ਤਾਂ ਫਿਰ ਆਤਮਾ ਕੀ ਬਣ ਜਾਏਗਾ ਪਵਿੱਤਰ ਆਤਮਾ ਤਾਂ ਸਮਝ ਆ ਗਈ ਪਵਿੱਤਰ ਆਤਮਾ ਕਿੱਦਾਂ ਮਿਲਦਾ ਆ ਪਵਿੱਤਰ ਆਤਮਾ ਤੁਸੀਂ ਕਿਤਿਓ ਲੈਣ ਨਹੀਂ ਜਾਣਾ ਤੁਹਾਡੇ ਲਈ ਪਰਮੇਸ਼ਵਰ ਨੇ ਠਹਿਰਾ ਦਿੱਤਾ ਜਦੋਂ ਤੁਸੀਂ ਤੌਬਾ ਕਰ ਲਈ ਜਦੋਂ ਅਸੀਂ ਤੌਬਾ ਕੀਤੀ ਤੌਬਾ ਕਿਸ ਚੀਜ਼ ਦੀ ਕੀਤੀ ਸੀ ਇਹੀ ਕੀਤੀ ਸੀ ਕਿ ਅਸੀਂ ਪਾਪੀ ਗੁਨਾਹਗਾਰ ਹਾਂ ਪ੍ਰਭੂ ਸਾਡੇ ਪਾਪ ਗੁਨਾਹ ਸਾਨੂੰ ਮਾਫ਼ ਕਰੋ ਤੇ ਸਾਨੂੰ ਪਵਿੱਤਰਤਾਈ ਬਖਸ਼ੋ ਸਾਨੂੰ ਇੱਕ ਸੁਧਰਿਆ ਹੋਇਆ ਜੀਵਨ ਬਖਸ਼ੋ ਭਾਵ ਅਸੀਂ ਇੱਕ ਨਵੀਂ ਇਨਸਾਨੀਅਤ ਨੂੰ ਪਹਿਨ ਲਿਆ ਜਦੋਂ ਬਪਤਿਸਮਾ ਲਿਆ ਤੇ ਕੀ ਹੋਇਆ ਨਵੀਂ ਇਨਸਾਨੀਅਤ ਨੂੰ ਪਹਿਨ ਲਿਆ ਜਦੋਂ ਪਾਣੀ ਦੇ ਹੇਠਾਂ ਜਾਂਦੇ ਹਾਂ ਉਹਦਾ ਅਰਥ ਕੀ ਹੁੰਦਾ ਕਿ ਪੁਰਾਣੀ ਇਨਸਾਨੀਅਤ ਵਿੱਚ ਦਫ਼ਨ ਹੋਣਾ ਕਿ ਮੈਂ ਪੁਰਾਣੀ ਇਨਸਾਨੀਅਤ ਵਿੱਚ ਮਰ ਰਿਹਾ ਹਾਂ ਔਰ ਜਦੋਂ ਅਸੀਂ ਬਾਹਰ ਆਉਂਦੇ ਤਾਂ ਉਹਨੂੰ ਕੀ ਕਹਿੰਦੇ ਨਵਾਂ ਜਨਮ ਪਾਇਆ ਹੋਣਾ ਉਹ ਜਨਮ ਜਿਹਦੇ ਵਿੱਚ ਕੋਈ ਪਾਪ ਨਹੀਂ ਜਿਹਦੇ ਵਿੱਚ ਕੋਈ ਬੁਰਾਈ ਨਹੀਂ ਤਦ ਪਵਿੱਤਰ ਆਤਮਾ ਦਾ ਵਰਦਾਨ ਸਾਨੂੰ ਮਿਲਦਾ ਪਵਿੱਤਰ ਆਤਮਾ ਕੀ ਹੈ ਇੱਕ ਵਰਦਾਨ ਇੱਕ ਦਾਨ ਦੇ ਰੂਪ ਵਿੱਚ ਪਰਮੇਸ਼ਵਰ ਸਾਨੂੰ ਦਿੰਦੇ ਆ ਗਿਫਟ ਆ ਪਰਮੇਸ਼ਵਰ ਦਾ ਇੱਕ ਕਿਉਂਕਿ ਅਸੀਂ ਆਪਣੇ ਅੰਦਰੋਂ ਬਦੀ ਨੂੰ ਖਤਮ ਕੀਤਾ ਤੇ ਬਦੀ ਖਤਮ ਹੋ ਗਈ ਤੇ ਭਲਿਆਈ ਆ ਗਈ ਤੇ ਹੁਣ ਆਤਮਾ ਕੀ ਹੋ ਗਿਆ ਪਵਿੱਤਰ ਆਤਮਾ ਅਗਰ ਕੋਈ ਵੀ ਜਣਾ ਪਵਿੱਤਰ ਆਤਮਾ ਨੂੰ ਲੈਣਾ ਚਾਹੁੰਦਾ ਹੈ ਤੇ ਉਹਨੂੰ ਕੀ ਕਰਨਾ ਹੋਊਗਾ ਆਪਣੇ ਅੰਦਰੋਂ ਬਦੀਆਂ ਨੂੰ ਕੱਢਣਾ ਹੋਊਗਾ ਆਪਣੇ ਅੰਦਰੋਂ ਲਾਲਚ ਨੂੰ ਕੱਢਣਾ ਹੋਊਗਾ ਵਿਭਚਾਰ ਨੂੰ ਕੱਢਣਾ ਹੋਊਗਾ ਝੂਠ ਨੂੰ ਕੱਢਣਾ ਹੋਊਗਾ ਬੁਰੀਆਂ ਸੋਚਾਂ ਨੂੰ ਕੱਢਣਾ ਹੋਊਗਾ ਤੁਸੀਂ ਘਰ ਵਿੱਚੋਂ ਕੂੜਾ ਕੱਢ ਦਿਓ ਤੇ ਘਰ ਕੀ ਹੋ ਜਾਊਗਾ ਸਾਫ਼ ਹੋ ਜਾਏਗਾ ਨਾ ਤੇ ਅਸੀਂ ਆਪਣੇ ਅੰਦਰੋਂ ਕੂੜੇ ਨੂੰ ਕੱਢ ਦਾਂਗੇ ਤਾਂ ਸਾਡਾ ਆਤਮਾ ਕੀ ਹੋ ਜਾਏਗਾ ਸਾਫ਼ ਹੋ ਜਾਏਗਾ ਤਾਂ ਪਵਿੱਤਰ ਆਤਮਾ ਨੂੰ ਪ੍ਰਾਪਤ ਕਰਨਾ ਇੰਨਾ ਵੀ ਔਖਾ ਨਹੀਂ ਆ ਜਿੰਨਾ ਔਖਾ ਬਣਾ ਕੇ ਸਾਨੂੰ ਦੱਸਿਆ ਜਾਂਦਾ ਹੈ ਜਿੰਨਾ ਔਖਾ ਸਾਡੇ ਅੱਗੇ ਪੇਸ਼ ਕੀਤਾ ਜਾਂਦਾ ਹੈ ਨਾ ਪਵਿੱਤਰ ਆਤਮਾ ਨੂੰ ਪ੍ਰਾਪਤ ਕਰਨਾ ਇੰਨਾ ਔਖਾ ਨਹੀਂ ਆ ਕਿਉਂ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਕਿ ਮੈਂ ਜਾਣਾ ਹਾਂ ਤਾਂ ਪਿਤਾ ਮੇਰੇ ਨਾਮ ਉੱਤੇ ਤੁਹਾਡੇ ਲਈ ਇੱਕ ਪਵਿੱਤਰ ਆਤਮਾ ਭੇਜੇਗਾ ਸਹਾਇਕ ਭੇਜੇਗਾ ਅਰਥਾਤ ਪਵਿੱਤਰ ਆਤਮਾ ਕਿਉਂਕਿ ਸਾਡੇ ਪਾਪ ਪ੍ਰਭੂ ਯਿਸੂ ਮਸੀਹ ਜੀ ਨੇ ਚੱਕੇ ਆ ਸਮਝ ਰਹੇ ਹੋ ਜਦ ਤੱਕ ਪਾਪ ਸਾਡੇ ਅੰਦਰ ਆ ਪਵਿੱਤਰ ਆਤਮਾ ਸਾਡਾ ਆਤਮਾ ਪਵਿੱਤਰ ਹੋ ਹੀ ਨਹੀਂ ਸਕਦਾ ਓਨੀ ਦੇਰ ਤੱਕ ਸਾਡਾ ਆਤਮਾ ਬਦੀ ਵਾਲਾ ਆਤਮਾ ਆ ਦੁਸ਼ਟ ਗੁਣੇ ਵਾਲਾ ਆਤਮਾ ਆ ਪਰ ਜਦੋਂ ਅਸੀਂ ਆਪਣੇ ਪਾਪ ਗੁਨਾਹ ਪ੍ਰਭੂ ਯਿਸੂ ਮਸੀਹ ਜੀ ਦੇ ਅੱਗੇ ਰੱਖ ਦਿੱਤੇ ਔਰ ਮੰਨਿਆ ਕਿ ਪ੍ਰਭੂ ਯਿਸੂ ਮਸੀਹ ਸਾਡੇ ਮੁਕਤੀਦਾਤਾ ਆ ਇਕਰਾਰ ਕੀਤਾ ਕਿ ਪ੍ਰਭੂ ਯਿਸੂ ਮਸੀਹ ਜੀ ਨੇ ਮੇਰੇ ਪਾਪ ਚੱਕ ਲਏ ਗੁਨਾਹ ਚੱਕ ਲਏ ਹੁਣ ਪ੍ਰਭੂ ਯਿਸੂ ਮਸੀਹ ਪਿਤਾ ਦੇ ਕੋਲ ਆ ਤੇ ਉਹਨਾਂ ਨੇ ਸਾਡੇ ਲਈ ਕੀ ਭੇਜਿਆ ਆ ਸਹਾਇਕ ਭੇਜਿਆ ਉਹ ਸਹਾਇਕ ਕੀ ਆ ਪਵਿੱਤਰ ਆਤਮਾ ਕਹਿੰਦਾ ਜਿਹੜਾ ਸਭਨਾ ਗੱਲਾਂ ਦੇ ਵਿੱਚ ਤੁਹਾਡੀ ਅਗਵਾਈ ਕਰੇਗਾ ਤੁਸੀਂ ਸਭ ਤੋਂ ਪਹਿਲਾਂ ਕਿਹਦੀ ਸੁਣਦੇ ਹੋ ਆਪਣੇ ਮਨ ਦੀ ਆਪਣੇ
ਮਾਤਾ ਪਿਤਾ ਤੋਂ ਵੀ ਪਹਿਲਾਂ, ਆਪਣੇ ਭੈਣਾਂ ਭਰਾਵਾਂ ਤੋਂ ਪਹਿਲਾਂ, ਆਪਣੇ ਪਤੀ ਪਤਨੀ ਤੋਂ ਪਹਿਲਾਂ, ਦੋਸਤਾਂ ਮਿੱਤਰਾਂ ਤੋਂ ਪਹਿਲਾਂ, ਸਭ ਤੋਂ ਪਹਿਲਾਂ ਕਿਹਦੀ ਸੁਣਦੇ ਹੋ? ਮਨ ਦੀ, ਕਿਉਂਕਿ ਮਨ ਨੇ ਕਿਹਾ ਜਾ ਕੇ ਲੰਮੇ ਪੈ ਜਾ, ਸਭ ਤੋਂ ਪਹਿਲਾਂ ਕਿਹਦੀ ਸੁਣੀ? ਮਨ ਨੇ ਕਿਹਾ ਰਹਿਣ ਦੇ, ਅਜੇ ਛੇਤੀ ਨਹੀਂ ਉੱਠਣ ਦੀ ਲੋੜ, ਅੱਜ ਕਿਸੇ ਨੇ ਡਿਊਟੀ 'ਤੇ ਨਹੀਂ ਜਾਣਾ, ਛੁੱਟੀ ਆ, ਹੋਰ ਇੱਕ ਘੰਟਾ ਸੌਂ ਜਾ, ਤਾਂ ਕਿਹਦੀ ਪਹਿਲਾਂ ਸੁਣੀ? ਮਨ ਦੀ ਸੁਣੀ ਨਾ, ਮਨ ਕਰਦਾ ਜਾ ਚਾਹ ਦਾ ਕੱਪ ਬਣਾ ਕੇ ਪੀ, ਤਾਂ ਬਾਕੀਆਂ ਨੂੰ ਬਾਅਦ ਵਿੱਚ ਪੁੱਛਿਆ ਸਭ ਤੋਂ ਪਹਿਲਾਂ ਕਿਹਦੀ ਸੁਣੀ ਆ? ਮਨ ਦੀ ਸੁਣੀ। ਅਸੀਂ ਸਭ ਤੋਂ ਪਹਿਲਾਂ ਆਪਣੇ ਮਨ ਦੀ ਸੁਣਦੇ ਹਾਂ। ਮਨ ਹੀ ਅਸਲ ਵਿੱਚ ਇੱਕ ਆਤਮਾ ਆ। ਜਿੱਦਾਂ ਇਨਸਾਨ ਦੇ ਅੰਦਰ, ਬਾਡੀ ਦੇ ਅੰਦਰ ਦਿਮਾਗ ਆ, ਇੱਦਾਂ ਪਵਿੱਤਰ ਆਤਮਾ ਦੇ ਅੰਦਰ ਮਨ ਆ। ਤੁਹਾਨੂੰ ਪਤਾ ਮਨ ਕਿਸੇ ਐਕਸਰੇ ਵਿੱਚ ਨਹੀਂ ਆਉਂਦਾ, ਮਨ ਕੋਈ ਫਿਜ਼ੀਕਲ ਪਾਰਟ ਆਫ ਬਾਡੀ ਨਹੀਂ ਆ, ਜਿਸਮਾਨੀ ਸਰੀਰ ਦਾ ਹਿੱਸਾ ਮਨ ਨਹੀਂ ਆ, ਮਨ ਆਤਮਾ ਦਾ ਹਿੱਸਾ ਆ। ਤੁਹਾਡਾ ਮਨ ਉਦਾਸ ਆ, ਜਾਓ ਜਿੱਡੀ ਵੱਡੀ ਮਰਜ਼ੀ MRI ਕਰਾ ਲਓ, ਸਕੈਨਿੰਗ ਕਰਾ ਲਓ, ਐਕਸਰਾ ਕਰਾ ਲਓ, ਬਲੱਡ ਟੈਸਟ ਕਰਾ ਲਓ, ਕਦੀ ਵੀ ਉਹਦੇ ਵਿੱਚ ਉਦਾਸੀ ਨਹੀਂ ਆਏਗੀ। ਅਰੇ ਡਾਕਟਰ ਕੀ ਕਹਿਣਗੇ, ਤੁਹਾਡੀਆਂ ਰਿਪੋਰਟਾਂ ਤਾਂ ਕਹਿੰਦੀਆਂ ਤੁਸੀਂ ਨੰਬਰ 9 ਹੋ, ਖੂਨ ਤੁਹਾਡਾ 13.5 ਗ੍ਰਾਮ, ਯੂਰਿਕ ਐਸਿਡ 4.3, ਕੋਲੈਸਟਰੋਲ 170, ਕਾਊਂਟ ਪਲੇਟਸ 4,000, 4,500, 4,200, ਸ਼ੂਗਰ ਤੁਹਾਡੀ ਜਿਹੜੀ ਆ ਉਹ 90 ਆ ਰਹੀ ਆ, ਤਾਂ ਤੁਹਾਡੀਆਂ ਰਿਪੋਰਟਾਂ ਤਾਂ ਬਹੁਤ ਹੀ ਅੱਛੀਆਂ ਆ ਰਹੀਆਂ ਆ। ਪਰ ਤੁਸੀਂ ਕਹਿ ਰਹੇ ਹੋ ਮੇਰੇ ਅੰਦਰ ਤਾਂ ਹਿੰਮਤ ਹੀ ਨਹੀਂ ਹੈਗੀ ਤੁਰਨ ਦੀ, ਪਰ ਰਿਪੋਰਟ ਕਹਿ ਰਹੀ ਆ ਤੇਰਾ ਖੂਨ ਵੀ ਪੂਰਾ ਆ, ਯੂਰਿਕ ਐਸਿਡ ਵੀ ਤੇਰਾ ਸਹੀ ਆ, ਕੋਲੈਸਟਰੋਲ ਵੀ ਸਹੀ ਆ, ਤੇਰੀਆਂ ਕਿਡਨੀਜ਼ ਸਹੀ ਕੰਮ ਕਰਦੀਆਂ ਆ, ਫਿਰ ਤੇਰੇ ਵਿੱਚ ਹਿੰਮਤ ਕਿਉਂ ਨਹੀਂ ਆ? ਕਿਉਂਕਿ ਮਨ ਦੀ ਸਕੈਨਿੰਗ ਨਹੀਂ ਹੁੰਦੀ। ਜੇ ਮਨ ਉਦਾਸ ਹੋ ਜਾਵੇ ਸਰੀਰ ਥੱਕ ਜਾਂਦਾ ਹੈ, ਜੇ ਮਨ ਕਾਇਮ ਆ ਸਰੀਰ ਨੂੰ ਭਾਵੇਂ ਖੋਤੇ ਵਾਂਗ ਵਾਲੋ ਇਹਨੇ ਫਿਰ ਵੀ ਵਗੀ ਜਾਣਾ ਹੈ। ਮਨ ਖੁਸ਼ ਹੈ ਨਾ, ਜੇ ਮੰਨ ਲਓ ਤੁਹਾਨੂੰ ਖੁਸ਼ੀ ਆ ਕਿ ਮੇਰੇ ਨਿਆਣੇ ਦਾ ਸ਼ੁਹਾਰਾ ਆ, ਠਾਕਾ ਆ, ਜਨਮ ਦਿਨ ਆ, ਮੈਂ ਕਿਹਾ ਤੁਸੀਂ ਤੜਕੇ ਤੋਂ ਉੱਠ ਕੇ ਕੰਮ ਕਰਨ ਲੱਗ ਜਾਣਾ, ਪ੍ਰਾਹੁਣਿਆਂ ਨੇ ਖਾ ਪੀ ਕੇ ਚਲੇ ਜਾਣਾ, ਰਾਤ ਨੂੰ 2-2.5 ਵੱਜ ਜਾਣੇ, ਸਭ ਕੁਝ ਸਾਂਭਣ ਸੁੱਤਣ ਨੂੰ, ਤਦ ਵੀ ਥਕਾਵਟ ਨਹੀਂ ਹੋਣੀ। ਕਿਉਂ? ਮਨ ਖੁਸ਼ ਆ, ਖੁਸ਼ੀ ਦਾ ਮਾਹੌਲ ਆ। ਅਚਾਨਕ ਕੋਈ ਬੁਰੀ ਖਬਰ ਸੁਣਨ ਨੂੰ ਮਿਲ ਗਈ, ਤੁਸੀਂ ਭਾਵੇਂ ਰੋਜ਼ ਜਿੰਮ ਲਾਉਣ ਵਾਲੇ ਹੋਵੋ, ਤੁਹਾਡਾ ਹਿਆ ਨਹੀਂ ਪੈਂਦਾ ਪਾਣੀ ਦਾ ਗਲਾਸ ਭਰ ਕੇ ਪੀਣ ਨੂੰ, ਕਿਉਂਕਿ ਮਨ ਥੱਕ ਗਿਆ। ਸੋ ਮਨ, ਇਹਦਾ ਹੀ ਦੂਜਾ ਨਾਮ ਤੁਸੀਂ ਆਤਮਾ ਵੀ ਕਹਿ ਸਕਦੇ ਹੋ। ਤੁਸੀਂ ਸੋਚਦੇ ਕਿੱਥੋਂ? ਮਨ ਤੋਂ। ਵਿਚਾਰ ਕਿੱਥੇ ਆਉਂਦੇ ਆ? ਮਨ ਦੇ ਅੰਦਰ। ਤੇ ਸੁਣਦੇ ਕਿਹਦੀ ਆ? ਮਨ ਦੀ। ਤੇ ਲੱਭਦੇ ਫਿਰਦੇ ਆਤਮਾ ਨੂੰ। ਕਦੀ ਮਨ ਲੱਭਿਆ? ਤੁਹਾਨੂੰ ਕਿਸੇ ਨੇ ਕਿਹਾ ਕਿ ਪਰਮੇਸ਼ਵਰ ਤੁਹਾਡੇ ਆਤਮਾ ਦੇ ਅੰਦਰ ਆ? ਕਿੱਥੇ ਕਹਿੰਦੇ ਆ? ਮਨ ਦੇ ਅੰਦਰ, ਹੈ ਨਾ? ਜੇ ਤੁਸੀਂ ਮਨ ਨੂੰ ਜਿੱਤ ਲਿਆ ਤੇ ਸਮਝ ਲਓ ਜਗਤ ਨੂੰ ਜਿੱਤ ਲਿਆ, ਇੱਦਾਂ ਹੀ ਕਹਿੰਦੇ ਆ। ਸੋ ਸਾਨੂੰ ਇਹ ਚੀਜ਼ਾਂ ਚੰਗੇ ਤਰੀਕੇ ਨਾਲ ਸਮਝਣੀਆਂ ਪੈਣਗੀਆਂ। ਜਿਨ੍ਹਾਂ ਨੂੰ ਪਵਿੱਤਰ ਆਤਮਾ ਦਾ ਵਰਦਾਨ ਮਿਲ ਗਿਆ, ਅੱਧਿਆਂ ਵਿੱਚੋਂ ਤਾਂ ਭੁਲੇਖਾ ਆ ਕਿ ਉਹਨਾਂ ਨੂੰ ਪਵਿੱਤਰ ਆਤਮਾ ਦਾ ਵਰਦਾਨ ਮਿਲ ਗਿਆ, ਅੱਧਿਆਂ ਨਾਲੋਂ ਵੀ ਜ਼ਿਆਦਿਆਂ ਨੂੰ ਭੁਲੇਖਾ ਆ। ਹਾਂ, ਹੋ ਸਕਦਾ ਹੋਰਾਂ ਜ਼ਬਾਨਾਂ ਵਿੱਚ ਬੋਲਦੇ ਹੋਣ, ਹੋ ਸਕਦਾ ਹੋਰ ਕਈ ਸਾਈਨ ਹੋਣ ਉਹਨਾਂ ਦੇ ਕੋਲੇ, ਪਰ ਪਵਿੱਤਰ ਆਤਮਾ ਉਹਨਾਂ ਦੇ ਕੋਲੇ ਆ ਇਹ 100% ਤਾਂ ਸ਼ੋਰ ਹੋਊਗਾ ਜੇ ਤੁਹਾਡੇ ਕੰਮ ਪਵਿੱਤਰਤਾਈ ਵਾਲੇ ਹੋਣਗੇ, ਜੇ ਤੁਹਾਡੀਆਂ ਸੋਚਾਂ ਨੇਕ ਹੋਣਗੀਆਂ, ਜੇ ਤੁਹਾਡੇ ਖਿਆਲ ਕਿਸੇ ਦੇ ਪ੍ਰਤੀ ਨੇਕ ਹੋਣਗੇ, ਜੇ ਕਿਸੇ ਨੇ ਕੋਈ ਚੀਜ਼ ਖਰੀਦੀ, ਕਿਸੇ ਦਾ ਕੁਛ ਭਲਾ ਹੋ ਗਿਆ, ਤੁਹਾਡੇ ਦਿਲ ਨੂੰ ਸਾੜ ਨਹੀਂ ਪਿਆ, ਤੁਹਾਡੇ ਮੱਥੇ 'ਤੇ ਤੀੜੀਆਂ ਨਹੀਂ ਪਈਆਂ, ਤੁਹਾਨੂੰ ਚਾਹ ਚੜਿਆ ਵੀ ਵਧੀਆ ਹੋਇਆ ਇਹਨਾਂ ਦੇ, ਇਹਨਾਂ ਨੂੰ ਵੀ ਮਿਲ ਗਿਆ, ਫਿਰ ਕੀ ਹੋਇਆ? ਭਾਵੇਂ ਸਾਡੇ ਨਾਲ ਦੁਸ਼ਮਣੀ ਕਰਦਾ ਕੋਈ ਗੱਲ ਨਹੀਂ, ਫਿਰ ਕੀ ਹੋਇਆ? ਇਹਨਾਂ ਨੂੰ ਵੀ ਰੱਬ ਨੇ ਬਲੈਸ ਕੀਤਾ। ਅਗਰ ਇਹ ਸਿਸਟਮ ਬਣ ਗਿਆ ਤਦ ਤੁਸੀਂ ਸਮਝ ਲਓ ਕਿ ਪਵਿੱਤਰ ਆਤਮਾ ਜਿਹੜਾ ਆ ਉਹ ਤੁਹਾਡਾ ਆਤਮਾ ਪਵਿੱਤਰ ਆਤਮਾ ਹੋ ਰਿਹਾ ਆ।
ਬਚਨ ਚ ਕੀ ਲਿਖਿਆ, ਅਸੀਂ ਅੰਸ਼ ਅੰਸ਼ ਕਰਕੇ ਪਰਮੇਸ਼ਵਰ ਜਿਹੇ ਬਣਦੇ ਜਾਂਦੇ ਹਾਂ, ਰਾਈਟ? ਥੋੜੇ ਥੋੜੇ ਕਰਕੇ। ਮਨ ਇੱਕ ਹੀ ਦਿਨ ਚ ਨਹੀਂ ਬਦਲਦਾ, ਸਾਡਾ ਸੁਭਾਅ ਇੱਕ ਹੀ ਦਿਨ ਵਿੱਚ ਨਹੀਂ ਬਦਲਦਾ, ਅਸੀਂ ਅੰਸ਼ ਅੰਸ਼ ਕਰਕੇ ਉਹਦੇ ਜਿਹੇ ਹੋ ਰਹੇ ਹਾਂ। ਮਤਲਬ ਕਿ ਥੋੜਾ ਥੋੜਾ ਬਦਲਾਵ ਐਵਰੀ ਡੇ ਸਾਡੇ ਵਿੱਚ ਆ ਰਿਹਾ ਆ, ਥੋੜੀ ਥੋੜੀ ਬੁਰਾਈ ਖਤਮ ਹੋ ਰਹੀ ਆ, ਔਰ ਅਸੀਂ ਥੋੜਾ ਥੋੜਾ ਕਰਕੇ ਚੰਗੇ ਹੁੰਦੇ ਜਾ ਰਹੇ ਹਾਂ। ਹਾਲੇਲੂਇਆ। ਤੁਸੀਂ ਦੇਖੋ, ਘਰ ਨਾਲੋਂ ਛੋਟਾ ਹੁੰਦਾ ਦਰਵਾਜ਼ਾ, ਘਰ ਬਹੁਤ ਵੱਡਾ ਆ, ਦਰਵਾਜ਼ਾ ਛੋਟਾ ਆ। ਦਰਵਾਜ਼ੇ ਨਾਲੋਂ ਵੀ ਛੋਟਾ ਹੁੰਦਾ ਜਿੰਦਾ, ਤੇ ਜਿੰਦੇ ਨਾਲੋਂ ਵੀ ਛੋਟੀ ਹੁੰਦੀ ਚਾਬੀ। ਜੇ ਉਹ ਚਾਬੀ ਜਿੰਦੇ ਨੂੰ ਨਾ ਲਾਈ ਜਾਏ ਤੇ ਸਾਰਾ ਘਰ ਲੌਕ ਆ, ਸਮਝ ਰਹੇ ਹੋ? ਤੇ ਉਹ ਛੋਟੀ ਜਿਹੀ ਚਾਬੀ ਦੇ ਨਾਲ ਜਿੰਦਾ ਅਨਲੌਕ ਕਰ ਦੋ ਤਾਂ ਕੀ ਹੋਏਗਾ, ਸਾਰਾ ਘਰ ਖੁੱਲ ਜਾਏਗਾ। ਇਸ ਲਈ ਛੋਟੀ ਛੋਟੀ ਚੀਜ਼ ਨੂੰ ਸਧਾਰਨ ਨਾ ਸਮਝੋ। ਇੱਕ ਛੋਟੀ ਜਿਹੀ ਚੀਜ਼ ਤੁਹਾਡੇ ਜੀਵਨ ਦੇ ਵਿੱਚ ਇੱਕ ਵੱਡੀ ਆਸ਼ੀਸ਼ ਨੂੰ ਰੋਕ ਸਕਦੀ ਆ, ਔਰ ਇੱਕ ਛੋਟਾ ਜਿਹਾ ਬਦਲਾਵ ਤੁਹਾਡੇ ਜੀਵਨ ਵਿੱਚ ਵੱਡੀ ਆਸ਼ੀਸ਼ ਨੂੰ ਖੋਲ ਸਕਦਾ ਹੈ। ਕਈ ਵਾਰੀ ਅਸੀਂ ਸੋਚਦੇ ਹਾਂ ਝੂਠ ਛੱਡਿਆ ਨਹੀਂ ਗੁਜ਼ਾਰਾ ਹੋਣਾ, ਅਸੀਂ ਕਿਹੜਾ ਲੋਕਾਂ ਨੂੰ ਵੱਢਦੇ ਫਿਰਦੇ ਹਾਂ, ਅਸੀਂ ਕਿਹੜਾ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕੀਤਾ, ਝੂਠ ਕੋਈ ਪਾਪ ਥੋੜੀ ਆ। ਛੋਟੀ ਜਿਹੀ ਚੀਜ਼ ਛੱਡਣੀ ਨਹੀਂ ਚਾਹੀਦੀ। ਹੋ ਸਕਦਾ ਤੁਸੀਂ ਜੇ ਇਸ ਲੈਵਲ ਤੇ ਪਹੁੰਚਣਾ ਚਾਹੁੰਦੇ ਹੋ, ਉੱਥੇ ਨਾ ਪਹੁੰਚਣ ਦੀ ਵਜ੍ਹਾ ਉਹ ਝੂਠ ਹੀ ਹੋਵੇ। ਤੁਸੀਂ ਕਿਸੇ ਇੱਕ ਮਨੁੱਖ ਨੂੰ ਸਾਰੀ ਦੁਨੀਆਂ ਨੂੰ ਮਾਫ਼ ਕਰਤਾ, ਤੁਸੀਂ ਕਹਿੰਦੇ ਮੈਂ ਇਹਨੂੰ ਨਹੀਂ ਮਾਫ਼ ਕਰਨਾ, ਔਰ ਤੁਸੀਂ ਇੰਨੀ ਮਿਹਨਤ ਕਰ ਰਹੇ ਹੋ, ਇੰਨੀ ਮਿਹਨਤ ਕਰ ਰਹੇ ਹੋ, ਫਿਰ ਵੀ ਸਫਲ ਨਹੀਂ ਹੋ ਰਹੇ। ਤੁਸੀਂ ਸੋਚਦੇ ਹੋ ਮੈਂ ਦਸ਼ਮਾਂਸ਼ ਦੇ ਰਿਹਾ, ਮੈਂ ਹੈਕਲ ਦੇ ਵਿੱਚ ਜਾ ਰਿਹਾ, ਮੈਂ ਉੱਥੇ ਜਾ ਕੇ ਸੇਵਾ ਕਰਦਾ ਹਾਂ, ਸਭ ਕੁਛ ਕਰਦਾ, ਪਤਾ ਨਹੀਂ ਪ੍ਰਭੂ ਮੇਰੀ ਕਿਉਂ ਨਹੀਂ ਸੁਣਦਾ। ਇੱਕ ਛੋਟੀ ਚਾਬੀ ਦੀ ਜ਼ਰੂਰਤ ਆ। ਉਹ ਜਿਹੜਾ ਇੱਕ ਇਨਸਾਨ ਰੱਖਿਆ ਹੋਇਆ ਨਾ ਕਿ ਜਿਹਨੂੰ ਮਾਫ਼ ਨਹੀਂ ਕਰਨਾ, ਉਹਨੂੰ ਮਾਫ਼ ਕਰ ਦਿਉ, ਹੋ ਸਕਦਾ ਅਗਲੇ ਹੀ ਦਿਨ ਸਫਲਤਾ ਤੁਹਾਡਾ ਦਰਵਾਜ਼ਾ ਖੜਕਾ ਦੇਵੇ। ਇਹ ਨਾ ਸੋਚਿਆ ਕਰੋ ਕਿ ਕੋਈ ਨਹੀਂ, ਬਾਕੀ ਤਾਂ ਕੰਮ ਕਰ ਹੀ ਰਿਹਾ, ਦਸਾਂ 'ਚੋਂ 9 ਨੰਬਰਾਂ ਵਾਲਾ ਪਾਸ ਹੋ ਜਾਂਦਾ, ਕਿ 9 ਹੁਕਮ ਮੰਨ ਲਏ, 10ਵਾਂ ਛੱਡ ਦਿੱਤਾ। ਮੰਨ ਲਓ ਤੁਸੀਂ 9 ਹੁਕਮ ਮੰਨ ਲਏ, ਤੇ ਜਿਹੜਾ 10ਵਾਂ ਛੱਡਿਆ ਆ ਉਹ ਇਹ ਆ ਕਿ ਵਿਚਾਰ ਕਰ ਰਹੇ ਹੋ ਕਿ ਪਰਮੇਸ਼ਵਰ ਮਾਫ਼ ਕਰ ਦੂਗੇ। ਜਾਂ ਤੁਸੀਂ 9 ਦੇ 9 ਹੁਕਮ ਮੰਨ ਲਏ, ਤੁਸੀਂ ਜਿਹੜਾ ਇੱਕ ਹੁਕਮ ਛੱਡਿਆ ਆ 10ਾਂ ਦੇ ਵਿੱਚੋਂ, ਉਹ ਆ ਕਿ ਤੁਸੀਂ ਪਰਮੇਸ਼ਵਰ ਦੇ ਸਾਹਮਣੇ ਕੋਈ ਸਰੀਕ ਖੜਾ ਕਰ ਲਿਆ, ਪਰਮੇਸ਼ਵਰ ਦੀ ਥਾਂ ਤੇ ਪਰਮੇਸ਼ਵਰ ਦੀ ਉਪਮਾ ਕਿਸੇ ਹੋਰ ਨੂੰ ਦੇ ਰਹੇ ਹੋ, ਕਿਉਂਕਿ ਵਚਨ ਚ ਲਿਖਿਆ ਮੇਰੇ ਸਨਮੁਖ ਤੇਰੇ ਲਈ ਕੋਈ ਦੂਜਾ ਦੇਵੀ ਦੇਵ ਨਹੀਂ ਹੋਣਾ ਚਾਹੀਦਾ। ਬਾਕੀ ਤੁਸੀਂ ਸਭ ਕਰ ਰਹੇ ਹੋ, ਕੋਈ ਵੀ ਵਿਚਾਰ ਨਹੀਂ, ਕੋਈ ਪੇਰੈਂਟਸ ਦੇ ਨਾਲ ਪੰਗਾ ਨਹੀਂ, ਕੋਈ ਕੁਛ ਨਹੀਂ, ਕੋਈ ਲਾਲਚ ਨਹੀਂ ਹੈਗਾ, ਪਰ ਤੁਸੀਂ ਇੱਕ ਚੀਜ਼ ਕਿ ਤੁਸੀਂ ਪਰਮੇਸ਼ਵਰ ਦੀ ਉਪਮਾ ਪਰਮੇਸ਼ਵਰ ਨੂੰ ਨਹੀਂ ਦੇ ਰਹੇ, ਕੀ ਪਰਮੇਸ਼ਵਰ ਤੁਹਾਡੇ ਉੱਤੇ ਖੁਸ਼ ਹੋਊਗੇ? ਪਰ ਤੁਸੀਂ ਤਾਂ 9 ਹੁਕਮ ਮੰਨ ਰਹੇ ਆ, ਇੱਕ ਹੀ ਛੱਡਿਆ ਆ। ਹਰ ਫਾਰਮੂਲਾ ਹਰ ਜਗ੍ਹਾ ਤੇ ਨਹੀਂ ਚੱਲਦਾ, ਇਸ ਲਈ ਅਸੀਂ ਥੋੜਾ ਥੋੜਾ ਕਰਕੇ ਰੋਜ਼ ਬਦਲਣਾ ਹੈ, ਥੋੜੀ ਥੋੜੀ ਪਵਿੱਤਰਤਾ ਹੀ ਆਪਣੇ ਆਤਮਾ ਵਿੱਚ ਰੋਜ਼ ਲੈ ਕੇ ਆਉਣਾ ਹੈ। ਜਦੋਂ ਥੋੜੀ ਥੋੜੀ ਪਵਿੱਤਰਤਾ ਆਉਣ ਲੱਗ ਗਈ, ਸਾਡਾ ਆਤਮਾ ਇੱਕ ਦਿਨ ਪਵਿੱਤਰ ਆਤਮਾ ਹੋ ਜਾਏਗਾ, ਔਰ ਫਿਰ ਇਹ ਸਭਨਾਂ ਗੱਲਾਂ 'ਤੇ ਸਾਡੀ ਅਗਵਾਈ ਕਰੂਗਾ। ਹੁਣ ਜਿਹਦਾ ਮਨ ਖਰਾਬ ਆ, ਜਿਹਦੀ ਨੀਤ ਮਾੜੀ ਆ ਜਾਂ ਵਧੀ ਆ ਜਿਹਦੀ ਨੀਤ ਵਿੱਚ, ਉਹ ਕਿੱਦਾਂ ਦਾ ਸੁਝਾਅ ਦਊਗਾ ਇਨਸਾਨ ਨੂੰ? ਉਹਨੇ ਗਲਤ ਕੰਮ ਕਰਨ ਦਾ ਸੁਝਾਅ ਦੇਣਾ, ਉਹਨੇ ਕਿਸੇ ਦਾ ਰਿਸ਼ਤਾ ਹੋਇਆ ਆ, ਕੋਈ ਪੁੱਛਣ ਆ ਗਿਆ ਤੁਹਾਡੇ ਘਰ ਵੀ ਬੰਦੇ ਕਿੱਦਾਂ ਦੇ, ਜੇ ਮਨ ਵਿੱਚ ਵਧੀ ਆ, ਮਨ ਨੇ ਕਹਿਣਾ ਭਾਨੀ ਮਾਰ ਦੇ। ਆਪਣੇ ਨਿਆਣੇ ਦਾ ਦੱਸ ਵੀ ਸਾਡਾ ਨਿਆਣਾ ਇਹਨਾਂ ਨਾਲੋਂ ਜ਼ਿਆਦਾ ਪੜਿਆ ਆ, ਅਸੀਂ ਇਹਨਾਂ ਨਾਲੋਂ, ਇਹਨਾਂ ਨੇ ਮਰੂਤੀ ਦੇਣੀ ਆ, ਅਸੀਂ ਸਵਿਫਟ ਦੇਵਾਂਗੇ, ਸਮਝ ਰਹੇ ਹੋ? ਉਹਨਾਂ ਨੇ ਮੰਜਾ ਦੇਣਾ ਤਾਂ ਅਸੀਂ ਪਲੰਘ ਦੇਵਾਂਗੇ। ਉਹ ਜੇ ਨਹੀਂ ਮੁੰਦੀ ਪਾਉਂਦੇ, ਉਹ ਕਹਿੰਦੇ ਉੱਦਾਂ ਹੀ ਮਿਲਣੀਆਂ ਕਰਨੀਆਂ, ਅਸੀਂ ਮੁੰਦੀਆਂ ਨਾਲ ਕਰਾਂਗੇ। ਇਹ ਕੀ ਆ? ਦੁਸ਼ਟ ਆਤਮਾ, ਦੁਸ਼ਟ ਪੁਣਾ ਆ।
ਦੁਸ਼ਟ ਆਤਮਾ ਨੂੰ ਸਿੰਘ ਨਹੀਂ ਲੱਗੇ ਹੋਏ। ਦੁਸ਼ਟ ਆਤਮਾ ਜੀਭ ਕੱਢ ਕੇ ਆਵੇ ਇਹ ਲਾਜ਼ਮੀ ਨਹੀਂ ਆ। ਅਗਰ ਤੁਹਾਡਾ ਮਨ ਤੁਹਾਨੂੰ ਸਲਾਹ ਦੁਸ਼ਟ ਹੋਣੇ ਵਾਲੀ ਦੇ ਰਿਹਾ ਆ ਤਾਂ ਮਤਲਬ ਕਿ ਤੁਹਾਡੇ ਅੰਦਰ ਜਿਹੜਾ ਆਤਮਾ ਉਹ ਕਿਹੜਾ ਆ? ਦੁਸ਼ਟ ਆਤਮਾ ਆ। ਮਨ ਕਹਿ ਰਿਹਾ ਆਪਣੀ ਪਤਨੀ ਨੂੰ ਛੱਡ, ਉਹ ਕਿਹੜਾ ਤੈਨੂੰ ਦੇਖਦੀ ਆ, ਬਾਹਰ ਤੁਰਿਆ ਫਿਰ ਜੋ ਮਰਜ਼ੀ ਕਰ। ਜਾਂ ਆਪਣੇ ਪਤੀ ਨੂੰ ਛੱਡ, ਬਾਹਰ ਤੁਰੀ ਫਿਰ ਜੋ ਮਰਜ਼ੀ ਕਰ। ਤੁਸੀਂ ਭਾਵੇਂ ਜਿੰਨੀਆਂ ਮਰਜ਼ੀ ਭਾਸ਼ਾ ਜਾਣਦੇ ਹੋਵੋ, ਤੁਸੀਂ ਜਿੰਨਾ ਮਰਜ਼ੀ ਦਾਨ ਕਰਦੇ ਹੋ, ਕੀ ਤੁਹਾਡਾ ਆਤਮਾ ਪਵਿੱਤਰ ਆਤਮਾ ਆ ਕਿ ਦੁਸ਼ਟ ਆਤਮਾ ਆ? ਫਿਰ ਦੁਸ਼ਟ ਆਤਮਾ ਆ। ਤਾਂ ਅਸੀਂ ਸਿਆਣ ਕਰਨੀ ਆ ਕਿ ਸਾਡੇ ਅੰਦਰ ਕਿਹੜਾ ਆਤਮਾ ਆ। ਹੁਣ ਇਸੇ ਤਰ੍ਹਾਂ ਹੀ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਜਦੋਂ ਪਵਿੱਤਰ ਆਤਮਾ ਜਿਹੜਾ ਸਹਾਇਕ ਆ ਉਹ ਆਏਗਾ, ਉਹ ਤੁਹਾਨੂੰ ਸਭਨਾਂ ਗੱਲਾਂ ਵਿੱਚ ਅਗਵਾਈ ਕਰੇਗਾ ਤੇ ਨਾਲ ਕੀ ਲਿਖਿਆ, ਮੇਰੀਆਂ ਕਈਆਂ ਗੱਲਾਂ ਤੁਹਾਨੂੰ ਚੇਤੇ ਕਰਵਾਏਗਾ। ਕਿਹੜੀਆਂ ਗੱਲਾਂ ਚੇਤੇ ਕਰਵਾਏਗਾ? ਪਰਮੇਸ਼ਵਰ ਦੀਆਂ ਗੱਲਾਂ। ਹੁਣ ਪਰਮੇਸ਼ਵਰ ਦੀਆਂ ਗੱਲਾਂ ਕਿੰਨਾਂ ਨੂੰ ਚੇਤੇ ਆਉਂਦੀਆਂ? ਜਿਨ੍ਹਾਂ ਦੇ ਮਨ ਸੁਧਰ ਗਏ, ਜਿਨ੍ਹਾਂ ਦੇ ਮਨਾਂ ਦੇ ਅੰਦਰੋਂ ਬੁਰਾਈ ਖਤਮ ਹੋ ਗਈ। ਜਦੋਂ ਤੁਸੀਂ ਕੋਈ ਬੁਰਾ ਕੰਮ ਕਰਨ ਲੱਗੋਗੇ, ਤੁਹਾਡੇ ਆਤਮਾ ਨੇ ਕਹਿਣਾ ਵਚਨ 'ਚ ਲਿਖਿਆ ਆ ਇੱਦਾਂ ਨਹੀਂ ਕਰਨਾ, ਰਹਿਣ ਦੇ। ਉਹ ਚੇਤੇ ਕਰਾਏਗਾ ਵਚਨ 'ਚ ਕੀ ਲਿਖਿਆ ਆ। ਤੁਸੀਂ ਕਿਸੇ ਬਾਰੇ ਬੁਰਾ ਸੋਚੋਗੇ, ਤੁਹਾਡੇ ਮਨ ਦੇ ਅੰਦਰੋਂ ਆਵਾਜ਼ ਆਉਣੀ, ਕਿਹੜੀਆਂ ਸੋਚਾਂ ਸੋਚਣ ਡਿਆ ਆ? ਵਚਨ ਵਿੱਚ ਲਿਖਿਆ ਆ ਇੱਦਾਂ ਨਹੀਂ ਕਰਨਾ। ਜੇ ਆਪਣੇ ਗੁਆਂਢੀਆਂ ਦੇ ਪ੍ਰਤੀ ਕੁਛ ਮਾੜਾ ਬੋਲਣ ਲੱਗੇ, ਕਿਸੇ ਨਾਲ ਚੁਗਲੀਆਂ ਕਰਨ ਲੱਗੇ, ਅੰਦਰੋਂ ਮਨ ਵਿੱਚੋਂ ਆਵਾਜ਼ ਆਉਣੀ, ਬਾਹਰੋਂ ਨਹੀਂ ਕੋਈ ਆਵਾਜ਼ ਆਉਣੀ, ਅੰਦਰੋਂ ਆਵਾਜ਼ ਆਉਣੀ, ਤੈਨੂੰ ਪਰਮੇਸ਼ਵਰ ਦਾ ਵਚਨ ਇਹ ਸਿਖਾਉਂਦਾ ਆ? ਤੈਨੂੰ ਤਾਂ ਵਚਨ ਦੇ ਵਿੱਚ ਦੱਸਿਆ ਵੀ ਚੁਗਲੀਆਂ ਨਹੀਂ ਕਰਨੀਆਂ, ਇਹ ਕੰਨਾਂ ਨੂੰ ਸਵਾਦ ਲੱਗਦੀਆਂ ਪਰ ਆਤਮਾ ਦਾ ਨਾਸ਼ ਕਰਦੀਆਂ ਆ। ਤਾਂ ਪ੍ਰਭੂ ਯਿਸੂ ਜੀ ਨੇ ਕਿਹਾ ਇਹ ਜਿਹੜਾ ਪਵਿੱਤਰ ਆਤਮਾ ਹੈ ਨਾ, ਤੁਹਾਨੂੰ ਮੇਰੀਆਂ ਗੱਲਾਂ ਚੇਤੇ ਕਰਾਏਗਾ। ਜਦੋਂ ਆਤਮਾ ਪਵਿੱਤਰ ਹੋਏਗਾ, ਤੁਹਾਡਾ ਜੀ ਕਰੂਗਾ ਪ੍ਰਾਰਥਨਾ ਕਰਨ ਨੂੰ। ਅਤੇ ਜਦੋਂ ਜਿਨ੍ਹਾਂ ਦਾ ਪ੍ਰਾਰਥਨਾ ਕਰਨ ਨੂੰ ਜੀ ਨਹੀਂ ਨਾ ਕਰਦਾ, ਤੁਹਾਨੂੰ ਸੱਚੀ ਗੱਲ ਦੱਸਾਂ, ਬੜੇ ਲੋਕ ਮੇਰੇ ਕੋਲ ਆਉਂਦੇ ਕਹਿੰਦੇ ਪਾਸਟਰ ਜੀ ਪ੍ਰਾਰਥਨਾ ਕਰਨ ਨੂੰ ਜੀ ਨਹੀਂ ਕਰਦਾ, ਉਹ ਆਪਣੇ ਜੀ ਨੂੰ ਚੈੱਕ ਕਰਨ, ਉਹਨਾਂ ਦਾ ਜੀ ਭਲਾ ਕਿਹੜੀਆਂ ਚੀਜ਼ਾਂ ਕਰਨ ਨੂੰ ਕਰਦਾ? ਫਿਲਮ ਦੇਖਣ ਦੇ ਵਿੱਚ ਉਹਨਾਂ ਦਾ ਮਨ ਲੱਗੇਗਾ, ਲੱਚਰ ਗਾਣੇ ਸੁਣਨ ਦੇ ਵਿੱਚ ਉਹਨਾਂ ਦਾ ਮਨ ਲੱਗੇਗਾ, ਕੋਈ ਭੈਣ ਬੈਠ ਕੇ ਭਰਾ ਬੈਠ ਕੇ ਚੁਗਲੀਆਂ ਕਰਨ ਲੱਗ ਗਿਆ, ਉਹ ਬੜੀਆਂ ਸਵਾਦ ਲੱਗਣਗੀਆਂ, ਪ੍ਰਾਰਥਨਾ ਵਿੱਚ ਉਹਨਾਂ ਨੂੰ ਨੀਂਦ ਆ ਜਾਏਗੀ। ਕਿਉਂ? ਕਿਉਂਕਿ ਅਜੇ ਆਤਮਾ ਪਵਿੱਤਰ ਨਹੀਂ ਹੋਇਆ। ਅੱਜ ਜੇ ਇਸ ਇਨਸਾਨ ਦਾ ਆਤਮਾ ਪਵਿੱਤਰ ਹੋ ਗਿਆ, ਕਦੇ ਉਹਨੂੰ ਪ੍ਰਾਰਥਨਾ ਵਿੱਚ ਬੈਠੇ ਨੂੰ ਦੇਖੋ, ਕਾਨੇ ਵਾਂਗ ਰੀੜ ਦੀ ਹੱਡੀ ਸਿੱਧੀ ਕਰਕੇ ਬੈਠਾ ਹੁੰਦਾ, ਔਰ ਕੋਈ ਸੁਸਤੀ ਨਹੀਂ ਪੈ ਗਈ ਉਹਨੂੰ। ਉਹ ਤਾਂ ਇੱਕ ਪਲ ਵੀ ਮਿਸ ਨਹੀਂ ਕਰਨਾ ਚਾਹੁੰਦਾ, ਕਿਉਂਕਿ ਉਹ ਚਾਹੁੰਦਾ ਕਿ ਮੈਂ ਕੁਛ ਹੋਰ ਪ੍ਰਾਪਤ ਕਰਾਂ, ਕੁਛ ਹੋਰ ਸੁਣਾ। ਜਿਹਦਾ ਆਤਮਾ ਪਵਿੱਤਰ ਨਹੀਂ ਹੋਇਆ, ਉਹ ਭੀੜ ਨੂੰ ਪਸੰਦ ਕਰੇਗਾ। ਹਾਲੇਲੂਯਾ। ਉਹ ਪਸੰਦ ਕਰੇਗਾ ਕਿ ਮੇਰੇ ਆਲੇ ਦੁਆਲੇ ਲੋਕੀ ਹੋਣ, ਬੁੱਧੀਆਂ ਨਦੀਆਂ ਕਰਦੇ ਫਿਰਨ, ਕੋਈ ਇੱਧਰੋਂ ਆ ਕੇ ਮੈਨੂੰ ਬੁਲਾਵੇ, ਕੋਈ ਇੱਧਰੋਂ ਆਣ ਕੇ ਬੁਲਾਵੇ, ਮੇਰੇ ਤੋਂ ਪੁੱਛ ਕੇ ਇੱਦਾਂ ਕਰਨ ਉੱਦਾਂ ਕਰਨ। ਅਤੇ ਜਿਹਦਾ ਅੰਦਰ ਆਤਮਾ ਪਵਿੱਤਰ ਹੋ ਗਿਆ, ਉਹ ਇਕਾਗਰਤਾ ਨੂੰ ਭਾਲਦਾ ਫਿਰੂਗਾ, ਉਹ ਇਕਾਂਤ ਜਗ੍ਹਾ ਨੂੰ ਭਾਲਦਾ ਫਿਰੇਗਾ। ਉਹਨੂੰ ਕੋਈ ਪੁੱਛੇਗਾ ਵੀ ਨਾ, ਉਹਨਾਂ ਨੇ ਕਹਿਣਾ ਜਿੱਦਾਂ ਤੁਹਾਨੂੰ ਸਹੀ ਲੱਗਦਾ ਤੁਸੀਂ ਕਰ ਲਓ, ਮੈਨੂੰ ਨਾ ਵਾਲਾ ਤੁਸੀਂ ਪੁੱਛਿਆ ਕਰੋ, ਜੋ ਤੁਹਾਨੂੰ ਚੰਗਾ ਲੱਗਦਾ ਕਰ ਲਓ। ਉਹਨੇ ਰੌਲੇ 'ਚੋਂ ਬਾਹਰ ਭੱਜਣਾ ਆ, ਉਹਨੇ ਭੀੜ ਵਿੱਚੋਂ ਬਾਹਰ ਭੱਜਣਾ ਆ, ਉਹਨੇ ਇਕਾਂਤ ਜਗ੍ਹਾ ਵੱਲ ਨੂੰ ਭੱਜਣਾ। ਕਿਉਂ? ਕਿਉਂਕਿ ਉਹਦੀ ਲਿਵ ਕਿਤੇ ਲੱਗੀ ਹੋਈ ਆ, ਉਹ ਕਿਸੇ ਇਹੋ ਜਿਹੀ ਆਵਾਜ਼ ਨੂੰ ਸੁਣਨਾ ਸਿੱਖ ਗਿਆ ਨਾ, ਜਿਹੋ ਜਿਹੀ ਮਿੱਠੀ ਤੇ ਚੰਗੀ ਆਵਾਜ਼ ਇਸ ਸੰਸਾਰ ਵਿੱਚ ਹੈ ਨਹੀਂ, ਜਿਹੋ ਜਿਹੀਆਂ ਉੱਪਰਲੀਆਂ ਗੱਲਾਂ ਉਹਨੇ ਸੁਣਨੀਆਂ ਸ਼ੁਰੂ ਕਰ ਦਿੱਤੀਆਂ, ਸੰਸਾਰ ਦੀਆਂ ਗੱਲਾਂ ਓਦਾਂ ਦੀਆਂ ਨਹੀਂ ਆ, ਉਹਨੂੰ ਉਹ ਗੱਲਾਂ ਪਸੰਦ ਨਹੀਂ ਆਉਣਗੀਆਂ। ਇਸ ਲਈ ਹੋ ਸਕਦਾ ਕਿ ਉਹ ਆਪਣੇ ਘਰ ਦੇ ਟੱਬਰ ਵਿੱਚ ਵੀ ਘੱਟ ਟਾਈਮ ਸਪੈਂਡ ਕਰੇ, ਔਰ ਉਹ ਮੈਕਸੀਮਮ ਟਾਈਮ ਜਿਹੜਾ ਆ ਉਹ ਇਕਾਂਤ ਵਿੱਚ ਬੈਠਣਾ ਪਸੰਦ ਕਰੇਗਾ, ਔਰ ਉਹ ਕਦੀ ਸ਼ਿਕਾਇਤ ਨਹੀਂ ਕਰੇਗਾ ਕਿ ਕੋਈ ਮੈਨੂੰ ਪੁੱਛਦਾ ਨਹੀਂ, ਉਹ ਕਦੀ ਸ਼ਿਕਾਇਤ ਨਹੀਂ ਕਰੇਗਾ ਕਿ ਮੇਰਾ ਜੀ ਨਹੀਂ ਲੱਗਦਾ। ਹਾਲੇਲੂਯਾ। ਜੀ ਕਹਿੰਦਾ ਨਹੀਂ ਲੱਗਦਾ ਜਿਹਦੇ ਅੰਦਰ ਪਵਿੱਤਰ ਆਤਮਾ ਨਹੀਂ ਆ, ਉਹ ਆਪਣੇ ਆਪ ਨੂੰ ਹਮੇਸ਼ਾ ਇਕੱਲਿਆਂ ਸਮਝੇਗਾ, ਮੈਂ ਇਕੱਲਾ ਆ। ਤੇ ਜਿਹਦੇ ਅੰਦਰ ਪਵਿੱਤਰ ਆਤਮਾ ਬਣ ਗਿਆ,
ਉਹ ਕਦੀ ਵੀ ਇਕੱਲਾ ਨਹੀਂ ਹੁੰਦਾ। ਉਹਨੂੰ ਪਤਾ ਆ ਕਿ ਇਸ ਵੇਲੇ ਵੀ ਮੇਰੇ ਨਾਲ ਆ ਪਵਿੱਤਰ ਆਤਮਾ, ਮੈਂ ਉਹਦੇ ਨਾਲ ਗੱਲਾਂ ਕਰ ਸਕਦਾ ਆ, ਅਸੀਂ ਦੋ ਆ। ਉਹ ਪਰਮੇਸ਼ਵਰ ਦੀ ਪ੍ਰੈਜੈਂਸ ਨੂੰ ਆਲ ਦਾ ਟਾਈਮ ਕੈਰੀ ਕਰਦਾ ਆ, ਫੀਲ ਕਰਦਾ ਆ, ਔਰ ਉਹਦੇ 'ਚ ਵਾਕ ਕਰਦਾ ਆ। ਉਹਦੇ ਨਾਲ ਪਰਮੇਸ਼ਵਰ ਦੀ ਹਜ਼ੂਰੀ ਰਹਿੰਦੀ ਆ, ਮਹਿਸੂਸ ਕਰਦਾ ਤੇ ਉਸੇ ਹਜ਼ੂਰੀ 'ਚ ਤੁਰਦਾ ਫਿਰਦਾ ਆ। ਤਾਂ ਤੁਸੀਂ ਆਪਣੇ ਆਪ ਨੂੰ ਚੈੱਕ ਕਰਨਾ ਕਿ ਤੁਹਾਡੇ ਜੀਵਨ ਵਿੱਚ ਪਵਿੱਤਰ ਆਤਮਾ ਬਣ ਚੁੱਕਿਆ, ਤੁਹਾਡਾ ਆਤਮਾ ਪਵਿੱਤਰ ਆਤਮਾ ਹੋ ਚੁੱਕਿਆ ਕਿ ਨਹੀਂ। ਕਿਉਂਕਿ ਦੇਖੋ, ਇੱਕ ਮਿਆਨ ਵਿੱਚ ਦੋ ਤਲਵਾਰਾਂ ਤੇ ਨਹੀਂ ਪੈਣਗੀਆਂ, ਸਮਝਦੇ ਹੋ? ਤੁਸੀਂ ਇੱਕ ਸਰੀਰ ਹੋ ਤੇ ਇੱਕ ਸਰੀਰ ਵਿੱਚ ਦੋ ਦੋ ਆਤਮੇ ਤੇ ਨਹੀਂ ਹੋਣਗੇ ਕਿ ਪਵਿੱਤਰ ਆਤਮਾ ਆ ਗਿਆ ਤਾਂ ਤੁਹਾਡਾ ਆਤਮਾ ਫਿਰ ਕਿੱਥੇ ਜਾਏਗਾ? ਪਵਿੱਤਰ ਆਤਮਾ ਦੀ ਜ਼ਰੂਰਤ ਆਲ ਦਾ ਟਾਈਮ ਆ। ਤਾਂ ਛੱਡ ਦੇਵੇ, ਆ ਜਾਵੇ, ਛੱਡ ਦੇਵੇ, ਆ ਜਾਵੇ। ਮੈਨੂੰ ਲੱਗਦਾ ਕਿ ਇਹ ਵਾਲੀ ਕਹਾਣੀ ਸਹੀ ਨਹੀਂ ਹੈਗੀ। ਹਾਂ, ਕੋਈ ਕੀ ਕਹਿੰਦਾ ਆ, ਮੈਂ ਕਿਸੇ ਦੀ ਗੱਲ ਤੇ ਕਿੰਤੂ ਪਰੰਤੂ ਨਹੀਂ ਕਰਦੀ, ਪਰ ਪਰਸਨਲੀ ਮੈਨੂੰ ਲੱਗਦਾ ਆ ਕਿ ਸਾਡੇ ਅੰਦਰ ਇੱਕ ਹੀ ਆਤਮਾ ਰਹਿ ਸਕਦਾ ਆ। ਉਹੀ ਆਤਮਾ ਜਾਂ ਦੁਸ਼ਟ ਆਤਮਾ ਬਣ ਸਕਦਾ ਆ, ਜਾਂ ਉਹੀ ਆਤਮਾ ਪਰਮੇਸ਼ਵਰ ਨਾਲ ਜੁੜ ਕੇ ਪਵਿੱਤਰ ਆਤਮਾ ਬਣ ਸਕਦਾ ਆ। ਤਾਂ ਚੈੱਕ ਇਹ ਕਰਨਾ ਆ ਕਿ ਮੇਰਾ ਆਤਮਾ ਪਵਿੱਤਰ ਆਤਮਾ ਹੋ ਚੁੱਕਾ ਕਿ ਨਹੀਂ, ਮੇਰੇ ਅੰਦਰੋਂ ਈਰਖਾ ਖਤਮ ਹੋ ਚੁੱਕੀ ਕਿ ਨਹੀਂ। ਔਰ ਪਹਾੜ ਕਿਹਦੇ ਅੱਗੋਂ ਉੱਖੜਦੇ ਆ? ਪਵਿੱਤਰ ਆਤਮਾ ਦੇ ਅੱਗੇ। ਪੱਥਰ ਕਿਹਦੇ ਅੱਗੇ ਪਿਘਲਦੇ ਆ? ਪਵਿੱਤਰ ਆਤਮਾ ਦੇ ਅੱਗੇ। ਕਹਿੰਦਾ ਨਾ ਬਲ ਨਾਲ, ਨਾ ਸ਼ਕਤੀ ਦੇ ਨਾਲ, ਪਰ ਪਰਮੇਸ਼ਵਰ ਦੇ ਆਤਮਾ ਦੇ ਦੁਆਰਾ। ਪਰਮੇਸ਼ਵਰ ਕਿੱਥੇ ਆ? ਬਾਈਬਲ ਨੇ ਕਿੱਥੇ ਦੱਸਿਆ ਪਰਮੇਸ਼ਵਰ? ਤੁਹਾਡੇ ਅੰਦਰ। ਕਹਿੰਦਾ ਕੀ ਤੁਸੀਂ ਨਹੀਂ ਜਾਣਦੇ ਕਿ ਤੁਹਾਡਾ ਸਰੀਰ ਮੇਰਾ ਅੰਦਰ ਆ? ਕਿੱਥੇ ਰਹਿਣਾ ਚਾਹੁੰਦਾ ਪਰਮੇਸ਼ਵਰ? ਬਾਈਬਲ ਇੱਦਾਂ ਹੀ ਦੱਸਦਾ ਹੈ ਨਾ, ਅਗਰ ਸਾਡਾ ਸਰੀਰ ਉਹਦਾ ਮੰਦਰ ਆ, ਸਾਡਾ ਆਤਮਾ ਪਵਿੱਤਰ ਹੋ ਗਿਆ। ਪ੍ਰਭੂ ਜੀ ਨੇ ਕੀ ਕਿਹਾ? ਮੈਂ ਪਵਿੱਤਰ ਹਾਂ। ਪ੍ਰਭੂ ਕੌਣ ਆ? ਪਵਿੱਤਰ। ਤੇ ਤੁਸੀਂ ਕੀ ਹੋ ਜਾਓ? ਹਾਂ, ਕਹਿੰਦਾ ਤੁਸੀਂ ਪਵਿੱਤਰ ਬਣੋ। ਮੈਂ ਪਵਿੱਤਰ ਹਾਂ, ਤੁਸੀਂ ਪਵਿੱਤਰ ਬਣੋ। ਜਦੋਂ ਪਵਿੱਤਰਤਾ ਹੀ ਸਾਡੇ ਅੰਦਰ ਆ ਗਈ ਤਾਂ ਸਾਡੇ ਅੰਦਰ ਕੀ ਆ ਗਿਆ? ਪਰਮੇਸ਼ਵਰ ਆ ਗਿਆ। ਤੇ ਸਾਡਾ ਆਤਮਾ ਕੀ ਹੋ ਗਿਆ? ਪਵਿੱਤਰ ਆਤਮਾ ਹੋ ਗਿਆ। ਹੁਣ ਪਰਮੇਸ਼ਵਰ ਦਾ ਆਤਮਾ ਬਣ ਗਿਆ ਉਹ। ਜਦੋਂ ਸਾਡਾ ਆਤਮਾ ਖਾਲਸ ਹੋ ਜਾਵੇ, ਨਿਰੋਲ ਹੋ ਜਾਵੇ, ਸਾਡੇ ਅੱਗੇ ਕੋਈ ਪਹਾੜ ਟਿਕ ਨਹੀਂ ਸਕਦਾ। ਸ਼ੈਤਾਨ ਕਿਸੇ ਇਨਸਾਨ ਦੀ ਜ਼ਿੰਦਗੀ ਵਿੱਚ ਕਦੋਂ ਤੱਕ ਕੰਮ ਕਰਦਾ? ਜਦੋਂ ਤੱਕ ਉਸ ਇਨਸਾਨ ਦੇ ਜੀਵਨ ਦੇ ਵਿੱਚ ਬਦੀ ਆ, ਬੁਰਾਈ ਆ, ਝੂਠ ਆ, ਲਾਲਚ ਆ, ਹੇਰਾ ਫੇਰੀਆਂ ਆ, ਇਹ ਸਭ ਬੁਰੀਆਂ ਚੀਜ਼ਾਂ ਸ਼ੈਤਾਨ ਦੀ ਖੁਰਾਕ ਆ। ਜਦੋਂ ਤੱਕ ਤੁਹਾਡੇ ਅੰਦਰ ਬੁਰੀਆਂ ਚੀਜ਼ਾਂ ਚੱਲੀ ਜਾਣਗੀਆਂ, ਸ਼ੈਤਾਨ ਨੇ ਮੁੜ ਮੁੜ ਕੇ ਆਉਣਾ ਆ, ਉਹਨੇ ਸਤਾਉਣਾ ਆ, ਪਰੇਸ਼ਾਨ ਕਰਨਾ ਆ। ਪਰ ਜਦੋਂ ਇਹ ਚੀਜ਼ਾਂ ਚੱਲੀਆਂ ਗਈਆਂ, ਕਹਿੰਦਾ ਤੁਸੀਂ ਉਹਦਾ ਸਾਹਮਣਾ ਕਰੋ ਤੇ ਉਹ ਤੁਹਾਡੇ ਅੱਗੋਂ ਸੱਤਾਂ ਰਾਹਾਂ ਥਾਣੀ ਭੱਜ ਜੂਗਾ। ਮਤਲਬ ਸਾਹਮਣਾ ਕਿੱਦਾਂ ਕਰਨਾ? ਤੁਹਾਡੇ ਕੋਲੋਂ ਕੁਝ ਪੁੱਛਿਆ ਜਾ ਰਿਹਾ ਜਿੱਥੇ ਝੂਠ ਬੋਲ ਕੇ ਤੁਹਾਨੂੰ ਲੱਗਦਾ ਕਿ ਤੁਹਾਡੀ ਜਾਨ ਬਚ ਸਕਦੀ ਹੈ, ਪਰ ਤੁਸੀਂ, ਤੁਹਾਨੂੰ ਵੈਰੀ ਕਹਿ ਰਿਹਾ ਝੂਠ ਬੋਲ ਦੇ, ਝੂਠੀ ਗਵਾਹੀ ਪਾ ਦੇ, ਝੂਠ ਬੋਲ ਦੇ, ਝੂਠੀ ਗਵਾਹੀ ਪਾ ਦੇ, ਮੁੱਕਰ ਜਾ, ਪਰ ਤੁਸੀਂ ਨਹੀਂ ਬੋਲਿਆ ਝੂਠ, ਤੁਸੀਂ ਨਹੀਂ ਮੁੱਕਰੇ। ਤੁਸੀਂ ਕੀ ਕੀਤਾ? ਸ਼ੈਤਾਨ ਦਾ ਸਾਹਮਣਾ। ਕੋਈ ਚੀਜ਼ ਪਈ ਹੋਈ ਆ ਤੁਹਾਡੇ ਸਾਹਮਣੇ, ਪਰਸ ਪਿਆ ਹੋਇਆ ਆ, ਕੋਈ ਬਾਥਰੂਮ ਚਲੇ ਗਿਆ ਜਾਂ ਬਾਹਰ ਕਿਸੇ ਕੰਮ ਚਲੇ ਗਿਆ, ਕੋਈ ਕੈਮਰਾ ਨਹੀਂ ਲੱਗਾ, ਕੁਛ ਨਹੀਂ ਲੱਗਾ,
ਨਿਆਣਿਆਂ ਦੀ ਫੀਸ ਵੀ ਦੇਣ ਵਾਲੀ ਪਈ ਆ। ਸ਼ੈਤਾਨ ਕੰਨਾਂ ਵਿੱਚ ਘੁਸਰ ਮੁਸਰ ਕਰਨ ਡਿਆ, ਖੋਲ ਲਾ ਪਰਸ, ਫੀਸ ਜੋਗੇ ਕੱਢ ਲਾ, ਬਹੁਤੇ ਨਾ ਕੱਢ, ਕੋਈ ਗੱਲ ਨਹੀਂ, ਤੈਨੂੰ ਜ਼ਰੂਰਤ ਆ। ਇਹ ਵੀ ਰੱਬ ਨੇ ਖਰਿਆ, ਉਹਨੂੰ ਕਿਹਾ ਹੋਣਾ ਆ ਵੀ ਇਹਦੇ ਲਾਗੇ ਰੱਖ ਜਾ, ਨਹੀਂ ਤਾਂ ਨਾਲ ਨਾ ਲੈ ਜਾਂਦਾ। ਇਹ ਰੱਬ ਦੀ ਕੋਈ ਯੋਜਨਾ ਆ, ਖੋਲ ਪਰਸ ਕੱਢ ਲਾ ਵਿੱਚੋਂ, 400-500 ਰੁਪਈਆ ਕੁਛ ਨਹੀਂ ਹੁੰਦਾ। ਉਹ ਇੱਦਾਂ ਹੀ ਗੱਲ ਕਰਦਾ ਆ। ਪਰ ਤੁਸੀਂ ਜ਼ਰੂਰਤ ਵੀ ਆ, ਕੋਈ ਕੈਮਰਾ ਨਹੀਂ ਲੱਗਾ, ਕੋਈ ਦੇਖ ਨਹੀਂ ਰਿਹਾ, ਤੁਸੀਂ ਆਨਾ ਵੀ ਵਿੱਚੋਂ ਨਹੀਂ ਕੱਢਿਆ, ਤੁਸੀਂ ਬੈਠੇ ਹੋਏ ਆ ਭਰੋਸਾ ਰੱਖ ਕੇ ਪਰਮੇਸ਼ਵਰ ਉੱਤੇ ਕਿ ਉਹ ਮੇਰੇ ਲਈ ਇੱਕ ਨਵਾਂ ਦਰਵਾਜ਼ਾ ਖੋਲੇਗਾ। ਅਗਰ ਪਰਮੇਸ਼ਵਰ ਮੈਨੂੰ ਦੇਣਾ ਚਾਹੁੰਦਾ ਤਾਂ ਉਸ ਆਦਮੀ ਦੇ ਮਨ ਵਿੱਚ ਬੋਲੇਗਾ, ਉਹ ਆਪੇ ਆਣ ਕੇ ਮੈਨੂੰ ਦੇ ਦੂਗਾ, ਪਰ ਮੈਂ ਜਿੱਪ ਨਹੀਂ ਖੋਲਣੀ ਪਰਸ ਦੀ। ਤੁਸੀਂ ਕੀ ਕੀਤਾ? ਸ਼ੈਤਾਨ ਦਾ ਸਾਹਮਣਾ। ਉਹ ਤੁਹਾਡੇ ਜੀਵਨ ਚੋਂ ਨਿਕਲ ਜਾਏਗਾ, ਮੁੜ ਕੇ ਆਏਗਾ ਨਹੀਂ। ਔਰ ਉਹ ਪਹਾੜ ਜਿਹੜਾ ਸਮੱਸਿਆ ਬਣ ਕੇ ਖੜਾ ਸੀ ਕਿ ਫੀਸ ਦੇਣ ਵਾਲੀ ਆ, ਜ਼ਰੂਰਤ ਆ ਜ਼ਿੰਦਗੀ ਦੇ ਵਿੱਚ, ਪਰਮੇਸ਼ਵਰ ਚਾਹੇ ਆਪ ਨਾ ਕਿਸੇ ਬੰਦੇ ਦਾ ਰੂਪ ਧਾਰ ਕੇ ਆ ਜਾਵੇ, ਜਾਂ ਕਿਸੇ ਫਰਿਸ਼ਤੇ ਨੂੰ ਇਨਸਾਨ ਬਣਾ ਕੇ ਭੇਜੇ, ਉਹ ਹਰ ਹਾਲ ਵਿੱਚ ਤੁਹਾਡੀ ਜ਼ਰੂਰਤ ਪੂਰਾ ਕਰੇਗਾ। ਕੀ ਹੋਏਗਾ? ਪਹਾੜ ਉਖੜੇਗਾ ਤੇ ਰਾਹ ਪੱਧਰਾ ਹੋ ਜਾਏਗਾ। ਹਾਲੇਲੂਇਆ। ਇੱਦਾਂ ਜਦੋਂ ਪਵਿੱਤਰ ਆਤਮਾ ਹੋ ਜਾਂਦਾ ਸਾਡਾ ਆਤਮਾ, ਇੱਦਾਂ ਪਹਾੜ ਉਖੜਦੇ ਆ, ਇੱਦਾਂ ਰਾਹ ਪੱਧਰੇ ਹੁੰਦੇ ਆ, ਤੇ ਸਾਨੂੰ ਲੱਗਦਾ ਕਿ ਪਵਿੱਤਰ ਆਤਮਾ ਇੱਕ ਡਿਫਰੈਂਟ ਕਰੈਕਟਰ ਆ, ਉਹਨੇ ਆਉਣਾ ਆ ਛੂ ਕਰਕੇ ਸਾਡੇ ਸਰੀਰ ਦੇ ਵਿੱਚ ਵੜਨਾ ਆ, ਤੇ ਫਿਰ ਜਿਹੜਾ ਆ ਉਹ ਇੱਕ ਡਰਿੱਲ ਚਲਾਉਣੀ ਆ ਉਹਨੇ, ਤੇ ਫਿਰ ਉਹਨੇ ਪਹਾੜ ਉਖਾੜਨੇ ਸ਼ੁਰੂ ਕਰ ਦੇਣੇ। ਨਹੀਂ, ਮੁਸੀਬਤ ਕਿਹੜੇ ਰੰਗ ਦੀ ਹੁੰਦੀ ਆ? ਕਿਸੇ ਨੇ ਮੁਸੀਬਤ ਦਾ ਰੰਗ ਦੇਖਿਆ? ਨਹੀਂ ਦੇਖਿਆ। ਮੁਸੀਬਤ ਦਾ ਹੱਲ ਕਿਹੜੇ ਰੰਗ ਦਾ ਹੁੰਦਾ? ਕਿਸੇ ਨੇ ਉਹਦਾ ਰੰਗ ਦੇਖਿਆ? ਨਹੀਂ ਦੇਖਿਆ। ਜਿੱਦਾਂ ਤੁਹਾਨੂੰ ਮੁਸੀਬਤ ਨਜ਼ਰ ਨਹੀਂ ਨਾ ਆ ਰਹੀ, ਇੱਦਾਂ ਹੀ ਤੁਹਾਨੂੰ ਮੁਸੀਬਤ ਖਤਮ ਹੁੰਦੀ ਵੀ ਨਜ਼ਰ ਨਹੀਂ ਆਉਂਦੀ। ਮੁਸੀਬਤ ਆਈ ਮਹਿਸੂਸ ਹੁੰਦੀ ਆ, ਤੇ ਮੁਸੀਬਤ ਗਈ ਵੀ ਮਹਿਸੂਸ ਹੁੰਦੀ ਆ, ਪਰ ਉਹਦਾ ਰੰਗ ਨਹੀਂ ਪਤਾ ਲੱਗਦਾ। ਇੱਦਾਂ ਹੀ ਪਰਮੇਸ਼ਵਰ ਦਾ ਆਤਮਾ ਜਿਹੜਾ ਆ ਜਦੋਂ ਸਾਡੇ ਅੰਦਰ ਆ ਜਾਂਦਾ, ਉਹਦੇ ਕੰਮ ਤੋਂ ਪਤਾ ਲੱਗਦਾ ਆ। ਜ਼ਰੂਰੀ ਨਹੀਂ ਆ ਕੰਬੜੀਆਂ ਛਿੜਨ, ਜ਼ਰੂਰੀ ਨਹੀਂ ਆ ਕਿ ਤੁਹਾਡਾ ਰੰਗ ਬਦਲ ਜਾਵੇ, ਜ਼ਰੂਰੀ ਨਹੀਂ ਆ ਤੁਸੀਂ ਭੁੜਕਣ ਤੇ ਤੜਫਣ ਲੱਗ ਜਾਵੋ। ਬਹੁਤ ਲੋਕੀ ਆ ਜਿਹੜੇ ਸ਼ੇਕ ਸ਼ੇਕ ਕਰਦੇ ਆ, ਕੰਬਦੇ ਆ, ਬਹੁਤ ਕੁਛ ਕਰਦੇ ਆ, ਪਰ ਕਹਿੰਦੇ ਪਵਿੱਤਰ ਆਤਮਾ ਆ ਗਿਆ, ਪਵਿੱਤਰ ਆਤਮਾ ਆ ਗਿਆ। ਗੇਟ ਤੋਂ ਬਾਹਰ ਜਾ ਕੇ ਮਾਵਾਂ ਭੈਣਾਂ ਦੀਆਂ ਗਾਲਾਂ ਕੱਢਣ ਡਏ ਹੁੰਦੇ ਆ ਉਹ। ਕਿਹੜਾ ਪਵਿੱਤਰ ਆਤਮਾ ਸੀ ਉਹ ਜਿਹੜਾ ਐਪੀਸੋਡਸ ਦੇ ਵਿੱਚ ਆਉਂਦਾ ਆ, ਕਿਸ਼ਤਾਂ ਵਿੱਚ ਆਉਂਦਾ ਆ? ਬਹੁਤ ਸਾਰੇ ਲੋਕਾਂ ਨੂੰ ਮੈਂ ਦੇਖਦੀ ਹਾਂ ਵੱਖ ਵੱਖ ਜ਼ਬਾਨਾਂ ਦੇ ਵਿੱਚ ਬੋਲਦੇ ਆ, ਪਰ ਉਹਨਾਂ ਦੀਆਂ ਪਤਨੀਆਂ ਇਹੋ ਜਿਹੇ ਸਬੂਤ ਲੈ ਕੇ ਆਉਂਦੀਆਂ ਜੀ ਆਹ ਦੇਖੋ ਉਦਾਂ ਤੇ ਇਹ ਬੰਦਾ ਇੰਨੇ ਡਰਾਮੇ ਕਰਦਾ ਆ, ਤੇ ਆਹ ਦੇਖੋ ਇਹ ਫਲਾਨੇ ਥਾਂ ਤੇ ਫੜਿਆ ਗਿਆ, ਇਹਨੂੰ ਮੈਂ ਰੰਗੇ ਹੱਥੀ ਫੜ ਲਿਆ। ਜਾਂ ਬਹੁਤ ਸਾਰੀਆਂ ਲੇਡੀਜ਼ ਦੀਆਂ ਕੰਪਲੇਨ ਉਹਨਾਂ ਦੇ ਹਸਬੈਂਡ ਲੈ ਕੇ ਆਉਂਦੇ, ਉਹ ਕਹਿੰਦੇ ਜੀ ਦੇਖੋ ਇੱਥੇ ਤੇ ਇੱਦਾਂ ਘੁੰਮ ਘੁੰਮ ਕੇ ਪ੍ਰਾਰਥਨਾ ਕਰਦੀ ਆ, ਆਹ ਦੇਖੋ। ਕੀ ਉਹ ਪਵਿੱਤਰ ਆਤਮਾ ਆ? ਅਗਰ ਕਿਸੇ ਦੇ ਜੀਵਨ ਦੇ ਅੰਦਰ ਪਵਿੱਤਰ ਆਤਮਾ ਆ ਗਿਆ, ਕੀ ਉਹ ਤੁਹਾਨੂੰ ਵਿਚਾਰ ਕਰਨ ਦਊਗਾ? ਕੀ ਉਹ ਤੁਹਾਨੂੰ ਕਿਸੇ ਦਾ ਬੁਰਾ ਕਰਨ ਦਊਗਾ, ਕਿਸੇ ਬਾਰੇ ਬੁਰਾ ਸੋਚਣ ਦਊਗਾ? ਨਹੀਂ। ਇਸੇ ਲਈ ਮੈਂ ਕਹਿੰਦੀ ਹਾਂ ਕਿ ਅੱਧ ਨਾਲੋਂ ਵੀ ਜ਼ਿਆਦਾ ਲੋਕਾਂ ਨੂੰ ਭੁਲੇਖਾ ਆ ਕਿ ਉਹਨਾਂ ਦੇ ਕੋਲੇ ਪਵਿੱਤਰ ਆਤਮਾ ਆ, ਬਟ ਅਜੇ ਤੱਕ ਹੈ ਨਹੀਂ। ਮੈਂ ਕਿਹਾ ਠੰਡੇ ਪਾਣੀ ਨਾਲ ਵੀ ਨਹਾਈਏ ਨਾ, ਤਾਂ ਸਿਰਫ ਪਹਿਲੇ ਦੋ ਮੱਗਾਂ ਨਾਲ ਕੰਬਣੀਆਂ ਛੱਡਦੀਆਂ, ਮੁੜ ਕੇ ਹਟ ਜਾਂਦੀਆਂ। ਇੱਥੇ ਲੋਕੀ ਕਹਿੰਦੇ 5-5, 7-7 ਸਾਲ ਤੋਂ ਪਵਿੱਤਰ ਆਤਮਾ ਮਿਲਿਆ, ਅਜੇ ਵੀ ਕੰਬਣੀਆਂ ਛਿੜੀ ਜਾਂਦੀਆਂ ਉਹਨਾਂ ਨੂੰ, ਅਜੇ ਵੀ ਭੁੜਕੀ ਜਾਂਦੇ ਆ। ਅਸੀਂ ਹਕੀਕਤ ਸਮਝਣੀ ਆ ਕਿ ਪਵਿੱਤਰ ਆਤਮਾ ਹੁੰਦਾ ਕੀ ਆ, ਪਵਿੱਤਰ ਆਤਮਾ ਦੀ ਤਾਕਤ ਕੀ ਆ। ਆਓ ਅਸੀਂ ਦੇਖਦੇ ਹਾਂ ਲੂਕਾ ਦੀ ਕਿਤਾਬ, ਉਹਦਾ 24 ਨੰਬਰ ਅਧਿਆਇ ਤੇ ਉਹਦੀ 49 ਨੰਬਰ ਆਇਤ। ਕਹਿੰਦਾ, ਅਤੇ ਵੇਖੋ ਮੈਂ ਆਪਣੇ ਪਿਤਾ ਦਾ ਕਰਾਰ ਤੁਹਾਡੇ ਉੱਤੇ ਘੱਲਦਾ ਹਾਂ, ਪਰ ਜਦ ਤੀਕਰ ਤੁਸੀਂ ਉੱਪਰੋਂ ਸ਼ਕਤੀ ਨਾ ਪਾਓ ਸ਼ਹਿਰ ਵਿੱਚ ਰਹੋ। ਉੱਪਰੋਂ ਸ਼ਕਤੀ,
ਜਿਸਮਾਨੀ ਸ਼ਕਤੀ ਤੁਹਾਡੇ ਕੋਲੇ ਬਹੁਤ ਹੋ ਸਕਦੀ ਆ, ਪਰ ਜਦ ਤੱਕ ਤੁਹਾਨੂੰ ਆਤਮਕ ਸ਼ਕਤੀ ਨਾ ਮਿਲ ਜੇ, ਰੂਹਾਨੀਅਤ ਦੀ ਸ਼ਕਤੀ ਨਾ ਮਿਲ ਜੇ, ਸ਼ਹਿਰ ਵਿੱਚ ਟਿਕੇ ਰਹੋ। ਸ਼ਹਿਰ ਵਿੱਚ ਟਿਕੇ ਰਹਿਣ ਦਾ ਮਤਲਬ ਕੀ ਆ? ਸ਼ਹਿਰ ਵਿੱਚ ਟਿਕੇ ਰਹਿਣ ਦਾ ਮਤਲਬ ਇਹ ਆ ਕਿ ਅਜੇ ਇੰਤਜ਼ਾਰ ਕਰੋ। ਅਗਰ ਤੁਸੀਂ ਆਪਣੇ ਘਰ ਵਿੱਚ ਆ, ਅਗਰ ਜੋ ਵੀ ਤੁਹਾਡੇ ਜੀਵਨ ਵਿੱਚ ਚੱਲ ਰਿਹਾ, ਤੁਸੀਂ ਇੰਤਜ਼ਾਰ ਕਰੋ। ਬਿਨਾਂ ਅਸਲੀ ਗਿਆਨ ਹਾਸਲ ਕੀਤਿਆਂ, ਬਿਨਾਂ ਪਰਮੇਸ਼ਵਰ ਦੇ ਸੁਭਾਅ ਨੂੰ ਜਾਣਿਆ, ਬਿਨਾਂ ਪਵਿੱਤਰ ਆਤਮਾ ਨੂੰ ਜਾਣਿਆ, ਉਹਦੀ ਡੀਪ ਨੌਲੇਜ ਪ੍ਰਾਪਤ ਕੀਤੇ ਬਿਨਾਂ, ਕਿਉਂਕਿ ਗਿਆਨ ਇੱਕ ਸ਼ਕਤੀ ਆ, ਤੁਸੀਂ ਬਿਨਾਂ ਪਰਮੇਸ਼ਵਰ ਦਾ ਆਤਮਾ ਪਾਇਆ ਤੁਸੀਂ ਪਰਮੇਸ਼ਵਰ ਦੇ ਕੰਮ ਲਈ ਨਾ ਨਿਕਲੋ। ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਪਤਾ ਹੀ ਨਹੀਂ ਆ ਪਵਿੱਤਰ ਆਤਮਾ ਦੇ ਬਾਰੇ ਵਿੱਚ, ਪਵਿੱਤਰ ਆਤਮਾ ਦੇ ਕੰਮਾਂ ਦੇ ਬਾਰੇ ਵਿੱਚ, ਪਵਿੱਤਰ ਆਤਮਾ ਦੇ ਸੁਭਾਅ ਦੇ ਬਾਰੇ ਵਿੱਚ, ਪਰ ਉਹ ਪਵਿੱਤਰ ਆਤਮਾ ਦੇ ਨਾਮ ਦਾ ਆਸਰਾ ਲੈਂਦੇ ਆ, ਪਵਿੱਤਰ ਆਤਮਾ ਦਾ ਨਹੀਂ, ਪਵਿੱਤਰ ਆਤਮਾ ਦੇ ਨਾਮ ਦਾ। ਕਿ ਪਵਿੱਤਰ ਆਤਮਾ ਨੇ ਸਾਨੂੰ ਕਿਹਾ ਜਾ ਫਲਾਨੇ ਦੇ ਘਰ ਜਾ ਕੇ ਪ੍ਰਾਰਥਨਾ ਕਰ, ਅਗਲੇ ਦੇ ਘਰ ਤੁਸੀਂ ਪ੍ਰਾਰਥਨਾ ਕਰਕੇ ਆਏ, ਪਿੱਛੋਂ ਫਸਾਦ ਪੈ ਗਿਆ। ਕੀ ਇਹ ਪਰਮੇਸ਼ਵਰ ਦਾ ਆਤਮਾ ਆ? ਪਰਮੇਸ਼ਵਰ ਦਾ ਆਤਮਾ ਫਸਾਦ ਨਹੀਂ ਪਾਉਂਦਾ, ਪਰਮੇਸ਼ਵਰ ਦਾ ਆਤਮਾ ਸ਼ਾਂਤੀ ਦਾ ਆਤਮਾ ਆ। ਤਾਂ ਪ੍ਰਭੂ ਯੇਸੂ ਮਸੀਹ ਜੀ ਨੇ ਚੇਲਿਆਂ ਨੂੰ ਇੰਨੀ ਗੱਲ ਕਹੀ ਕਿ ਜਦੋਂ ਤੱਕ ਤੁਹਾਡੇ ਉੱਤੇ ਆਤਮਕ ਸਮਰਥ ਨਾ ਆ ਜਾਵੇ। ਆਤਮਕ ਸ਼ਕਤੀ ਕੀ ਆ? ਮਨ ਨੂੰ ਕੰਟਰੋਲ ਕਰਨ ਦੀ ਸ਼ਕਤੀ। ਤੁਹਾਡੀਆਂ ਬਾਹਾਂ 'ਚ ਜ਼ੋਰ ਆ, ਤੁਸੀਂ ਦੀਵਾਨ ਬੈੱਡ ਰਜਾਈਆਂ ਨਾਲ ਭਰਿਆ, ਕੱਪੜਿਆਂ ਨਾਲ ਭਰਿਆ, ਹੋ ਸਕਦਾ ਤੁਸੀਂ ਧੱਕਾ ਲਾ ਕੇ ਇੱਕ ਥਾਂ ਤੋਂ ਦੂਜੇ ਥਾਂ ਨੂੰ ਕਰਦੇ ਹੋ ਸਕਦਾ ਤੁਸੀਂ ਕੁਇੰਟਲ ਭਾਰ ਦੇ ਜਿਹੜੇ ਆ ਉਹ ਤੁਸੀਂ ਉਹਨੂੰ ਚੱਕ ਲਵੋ, ਵੇਟ ਲਿਫਟ ਕਰਦੇ ਹੋ। ਇਹ ਆ ਸਰੀਰ ਦਾ ਜ਼ੋਰ, ਪਰ ਸਰੀਰ ਦੇ ਜ਼ੋਰ ਨਾਲ ਤੁਸੀਂ ਆਪਣੀਆਂ ਖੁਆਇਸ਼ਾਂ ਨੂੰ ਕੰਟਰੋਲ ਨਹੀਂ ਕਰ ਸਕਦੇ, ਤੁਸੀਂ ਆਪਣੇ ਮਨ ਵਿੱਚ ਉੱਠਣ ਵਾਲੀਆਂ ਗੱਲਾਂ ਨੂੰ ਕੰਟਰੋਲ ਨਹੀਂ ਕਰ ਸਕਦੇ, ਗੁੱਸੇ ਨੂੰ ਕੰਟਰੋਲ ਨਹੀਂ ਕਰ ਸਕਦੇ, ਖੁਸ਼ੀ ਨੂੰ ਕੰਟਰੋਲ ਨਹੀਂ ਕਰ ਸਕਦੇ, ਪਾਪ ਨੂੰ ਕੰਟਰੋਲ ਨਹੀਂ ਕਰ ਸਕਦੇ, ਲਾਲਚ ਨੂੰ ਕੰਟਰੋਲ ਨਹੀਂ ਕਰ ਸਕਦੇ, ਜ਼ੁਬਾਨ ਉੱਤੇ ਕੰਟਰੋਲ ਨਹੀਂ ਕਰ ਸਕਦੇ। ਜਿੱਡਾ ਵੱਡਾ ਮਰਜ਼ੀ ਭਲਵਾਨ ਹੋਵੇ, ਜਿਹਦਾ ਰੂਹ ਤੇ ਵਸ ਨਹੀਂ ਆ, ਕਹਿੰਦਾ ਉਹ ਇਹੋ ਜਿਹਾ ਆ ਜਿੱਦਾਂ ਸ਼ਹਿਰ ਢੱਠਿਆ ਹੋਇਆ ਹੋਵੇ ਤੇ ਉਹਦੀ ਕੋਈ ਕੋਈ ਬਾਉਂਡਰੀ ਵਾਲ ਨਾ ਹੋਵੇ, ਜੇ ਜੇ ਇਸ ਨਗਰ ਦੀ ਕਹਿੰਦਾ ਕੋਈ ਸ਼ਹਿਰ ਬਣਾ ਨਾ ਹੋਵੇ, ਕੋਈ ਹੱਦ ਨਾ ਹੋਵੇ। ਪਰ ਕਹਿੰਦਾ ਜਦੋਂ ਤੁਸੀਂ ਉੱਪਰੋਂ ਜਦ ਤੱਕ ਸ਼ਕਤੀ ਨਹੀਂ ਪਾਉਂਦੇ ਉਦੋਂ ਤੱਕ ਤੁਸੀਂ ਨਹੀਂ ਨਿਕਲਣਾ, ਅਰਥਾਤ ਜਦੋਂ ਤੱਕ ਤੁਹਾਡਾ ਆਪਣੇ ਰੂਹ ਉੱਤੇ ਵਸ ਨਹੀਂ ਹੋ ਜਾਂਦਾ, ਤੁਸੀਂ ਆਪਣੇ ਜਜ਼ਬਾਤਾਂ ਨੂੰ ਕੰਟਰੋਲ ਕਰਨਾ ਨਹੀਂ ਸਿੱਖ ਲੈਂਦੇ। ਕਈ ਵਾਰੀ ਕਈ ਲੋਕ ਗੁੱਸੇ ਵਿੱਚ ਕਤਲ ਕਰ ਦਿੰਦੇ, ਜਦੋਂ ਉਹਨਾਂ ਨੂੰ ਜੱਜ ਮੋਹਰੇ ਪੇਸ਼ ਕੀਤਾ ਜਾਂਦਾ ਉਹ ਕਹਿੰਦਾ ਤੂੰ ਕਿਉਂ ਕਤਲ ਕੀਤਾ? ਕਹਿੰਦਾ ਜੀ ਗੁੱਸੇ ਉੱਤੇ ਕੰਟਰੋਲ ਨਹੀਂ ਹੋਇਆ ਮੇਰੇ ਤੋਂ। ਤੂੰ ਆਹ ਗੱਲ ਕਿਉਂ ਬੋਲੀ? ਮੇਰੇ ਤੋਂ ਮੇਰੀ ਜੀਭ ਉੱਤੇ ਕੰਟਰੋਲ ਨਹੀਂ ਹੋਇਆ। ਦੇਖਣ ਨੂੰ ਹੱਟਾ ਕੱਟਾ ਭਲਵਾਨ ਹੋ ਸਕਦਾ ਪਰ ਰੂਹ ਉੱਤੇ ਵਸ ਨਹੀਂ ਆ। ਕੰਟਰੋਲ, ਕੰਟਰੋਲ ਮੀਨਸ ਪਾਵਰ। ਪ੍ਰਿੰਸੀਪਲ ਕੋਲੇ ਪਾਵਰ ਆ, ਉਹ ਸਾਰੇ ਸਕੂਲ ਕਾਲਜ ਨੂੰ ਕੰਟਰੋਲ ਕਰਦਾ ਆ। ਦੇਸ਼ ਦੇ ਪ੍ਰਾਈਮ ਮਿਨਿਸਟਰ ਦੇ ਕੋਲ ਪਾਵਰ ਆ ਤੇ ਉਹ ਪੂਰੇ ਦੇਸ਼ ਨੂੰ ਕੰਟਰੋਲ ਕਰਦਾ ਆ। ਲੈਫਟੀਨੈਂਟ ਜਨਰਲ ਕੋਲੇ ਪਾਵਰ ਆ ਤੇ ਉਹ ਆਰਮੀ ਨੂੰ ਕੰਟਰੋਲ ਕਰਦਾ ਆ। ਪਾਵਰ ਮੀਨਸ ਕੰਟਰੋਲ, ਕੰਟਰੋਲ ਮੀਨਸ ਪਾਵਰ। ਜੇਕਰ ਤੁਹਾਡੇ ਕੋਲੇ ਕੰਟਰੋਲ ਨਹੀਂ ਹੋ ਰਿਹਾ ਅਜੇ, ਅਜੇ ਤੁਸੀਂ ਕੰਮ ਲਈ ਨਹੀਂ ਨਿਕਲਣਾ, ਹੋ ਸਕਦਾ ਤੁਸੀਂ ਨੌਜਵਾਨ ਹੋ ਜਾਂ ਬਜ਼ੁਰਗ ਹੋ, ਤੁਸੀਂ ਕਿਸੇ ਦੇ ਘਰ ਵਿੱਚ ਗਏ, ਖੂਬਸੂਰਤ ਇਸਤਰੀ ਦੇ ਕੇ ਮਨ ਵਿੱਚ ਪਾਪ ਆ ਗਿਆ, ਕੰਟਰੋਲ ਨਾ ਹੋਇਆ ਤਾਂ ਕੀ ਹੋਊਗਾ? ਗਲਤੀ ਹੋ ਜੂਗੀ। ਸੋਨੇ ਦੀ ਚੀਜ਼ ਕਿਸੇ ਦੀ ਪਈ ਆ, ਕੋਈ ਨਹੀਂ ਦੇਖ ਰਿਹਾ, ਲਾਲਚ ਉੱਤੇ ਕੰਟਰੋਲ ਨਾ ਹੋਇਆ, ਚੋਰੀ ਹੋ ਗਈ ਤਾਂ ਗਲਤੀ ਹੋ ਗਈ।
ਇਸ ਲਈ ਵਚਨ ਕਹਿੰਦਾ ਜਦ ਤੱਕ ਉੱਪਰੋਂ ਸ਼ਕਤੀ ਨਾ ਪਾ ਲਵੋ, ਜਦੋਂ ਤੱਕ ਤੁਹਾਨੂੰ ਆਪਣੇ ਆਪ ਉੱਤੇ ਕੰਟਰੋਲ ਕਰਨਾ ਨਾ ਆ ਜਾਵੇ। ਵਚਨ ਵਿੱਚ ਲਿਖਿਆ ਜੇ ਕੋਈ ਤੁਹਾਡੇ ਇੱਕ ਗੱਲ ਤੇ ਮਾਰੇ ਤੇ ਤੁਸੀਂ ਦੂਜਾ ਪਾਸਾ ਅੱਗੇ ਕਰ ਦੇਣਾ, ਕੀ ਆ ਗੁੱਸੇ ਉੱਤੇ ਕੰਟਰੋਲ ਕਰਨ ਦੇ ਬਾਰੇ ਚ ਅਸਲ ਚੋਂ ਦੱਸ ਰਿਹਾ ਆ। ਪਰ ਤੁਸੀਂ ਕਿਤੇ ਗਏ ਹੋ, ਤੁਸੀਂ ਪ੍ਰਚਾਰ ਕਰ ਰਹੇ ਹੋ ਜਾਂ ਕਿਸੇ ਦੇ ਘਰ ਪ੍ਰਾਰਥਨਾ ਕਰਨ ਗਏ ਹੋ, ਅਚਾਨਕ ਕਿਸੇ ਨੇ ਕੁਛ ਕਹਿ ਦਿੱਤਾ, ਤੁਸੀਂ ਬਾਹਾਂ ਟੰਗ ਕੇ ਘਸੋਨ ਮੁੱਕੇ ਹੋਣ ਲੱਗ ਗਏ ਉੱਥੇ, ਕੀ ਇਹ ਸਹੀ ਆ? ਇੱਕ ਸਹੀ ਐਗਜ਼ਾਮਪਲ ਜਾਊਗੀ? ਨਹੀਂ। ਇਹਦਾ ਮਤਲਬ ਅਜੇ ਤੁਹਾਡੇ ਕੋਲੇ ਪਾਵਰ ਨਹੀਂ ਆ ਕਿ ਤੁਸੀਂ ਗੁੱਸੇ ਨੂੰ ਕੰਟਰੋਲ ਕਰ ਸਕੋ, ਤੁਸੀਂ ਆਪਣੇ ਜਜ਼ਬਾਤਾਂ ਨੂੰ ਕੰਟਰੋਲ ਕਰ ਸਕੋ। ਜੋ ਮਨ ਵਿੱਚ ਆਇਆ ਉਹ ਕਹਿ ਦਿੱਤਾ, ਮਗਰ ਉਹ ਪੁੱਛਿਆ ਤੁਹਾਨੂੰ ਕਿ ਤੈਨੂੰ ਕਹਿਣਾ ਨਹੀਂ ਸੀ ਚਾਹੀਦਾ? ਇੱਕ ਖੁਦਾ ਦਾ ਦਾਸ ਹੋਣ ਦੇ ਨਾਤੇ ਜਾਂ ਦਾਸੀ ਹੋਣ ਦੇ ਨਾਤੇ, ਇੱਕ ਵਿਸ਼ਵਾਸੀ ਹੋਣ ਦੇ ਨਾਤੇ ਤੈਨੂੰ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਸੀ? ਤੁਸੀਂ ਕਹਿੰਦੇ ਮੇਰੇ ਤੋਂ ਜਜ਼ਬਾਤਾਂ 'ਤੇ ਕੰਟਰੋਲ ਨਹੀਂ ਹੋਇਆ, ਮਤਲਬ ਅਜੇ ਸ਼ਕਤੀ ਨਹੀਂ ਪਾਈ। ਇਸ ਲਈ ਪ੍ਰਭੂ ਕਹਿ ਰਿਹਾ ਜਦ ਤੱਕ ਸ਼ਕਤੀ ਨਾ ਪਾਓ। ਸ਼ਕਤੀ ਸਿਰਫ ਕਿਸੇ ਨੂੰ ਚੰਗਾ ਕਰਨਾ ਹੀ ਸ਼ਕਤੀ ਨਹੀਂ ਆ, ਚੰਗਾ ਤਾਂ ਦਵਾਈਆਂ ਨਾਲ ਵੀ ਹੋ ਜਾਂਦੇ ਲੋਕੀ, ਚੰਗੇ ਆਪਰੇਸ਼ਨਾਂ ਨਾਲ ਹੋ ਜਾਂਦੇ, ਚੰਗੇ ਜਾਦੂ ਟੋਣਿਆਂ ਦੇ ਨਾਲ ਹੋ ਜਾਂਦੇ ਆ। ਚੰਗੇ ਕਰਨਾ ਸ਼ਕਤੀ ਜਿਹੜੀ ਆ ਉਹ ਕੋਈ ਐਡੀ ਵੱਡੀ ਪਾਵਰਫੁਲ ਚੀਜ਼ ਨਹੀਂ ਆ, ਉਹ ਕੋਈ ਬਹੁਤ ਜ਼ਿਆਦਾ ਵੱਡੀ ਚਿੰਨ ਚਮਤਕਾਰ ਦਿਖਾਉਣੇ ਕੋਈ ਬਹੁਤ ਜ਼ਿਆਦਾ ਵੱਡੀ ਚੀਜ਼ ਨਹੀਂ ਆ। ਦੁਨੀਆਂ ਉੱਤੇ ਕਿੰਨੇ ਲੋਕੀ ਆ ਜਿਹੜੇ ਚਿੰਨ ਚਮਤਕਾਰ ਦਿਖਾਉਂਦੇ ਆ, ਹੱਥ ਵਿੱਚ ਕੁਛ ਵੀ ਨਹੀਂ ਹੁੰਦਾ, ਕਬੂਤਰ ਕਰ ਦਿੰਦੇ ਆ, ਸਹੇ ਬਣਾ ਦਿੰਦੇ ਆ, ਮਾਚਿਸ ਦੀ ਤੀਲੀ ਵੀ ਨਹੀਂ ਲੈਂਦੇ, ਅੱਗ ਲਾ ਦਿੰਦੇ ਆ। ਤੁਸੀਂ ਜਾਦੂ ਟੋਣੇ ਵਾਲਿਆਂ ਦੀਆਂ ਗੱਲਾਂ ਦੇਖੋ, ਉਹ ਕਿਸੇ ਚੀਜ਼ ਉੱਤੇ ਪਿੰਡ ਮਾਰਦੇ ਆ ਤੇ ਬੰਦਾ ਭਾਵੇਂ 100 ਕਿਲੋਮੀਟਰ ਦੂਰ ਹੋਵੇ ਉਹਦੇ ਉੱਥੇ ਸੂਈਆਂ ਵੱਜਣ ਲੱਗ ਜਾਂਦੀਆਂ ਆ। ਸ਼ਕਤੀ ਆ ਉਹ, ਇਹ ਸ਼ਕਤੀ ਮਾਇਨੇ ਰੱਖਣ ਵਾਲੀ ਸ਼ਕਤੀ ਨਹੀਂ ਆ, ਇਹ ਸਧਾਰਨ ਸ਼ਕਤੀਆਂ ਆ। ਅਸਲੀ ਸ਼ਕਤੀ ਆ ਆਪਣੇ ਆਪ ਨੂੰ ਕੰਟਰੋਲ ਕਰਨ ਵਾਲੀ ਸ਼ਕਤੀ, ਆਪਣੀ ਸੋਚ ਨੂੰ ਕੰਟਰੋਲ ਵਿੱਚ ਰੱਖਣ ਵਾਲੀ ਸ਼ਕਤੀ, ਆਪਣੀ ਜੀਭ ਉੱਤੇ ਕੰਟਰੋਲ ਰੱਖਣ ਵਾਲੀ ਸ਼ਕਤੀ। ਅਰ ਇਹ ਜਿਹੜੀ ਸ਼ਕਤੀ ਆ ਨਾ, ਇਹ ਚੰਗੇ ਕਰਨ ਵਾਲੀ ਸ਼ਕਤੀ ਦੀ ਗੱਲ ਨਹੀਂ ਕਰ ਰਿਹਾ, ਇਹ ਸ਼ਕਤੀ ਚੰਗੇ ਕਰਨ ਵਾਲੀ ਸ਼ਕਤੀ ਤਾਂ ਪ੍ਰਭੂ ਯਿਸੂ ਮਸੀਹ ਜੀ ਨੇ ਆਪਣੇ ਜਿਸਮ ਵਿੱਚ ਹੁੰਦਿਆਂ ਹੋਇਆ ਹੀ ਚੇਲਿਆਂ ਨੂੰ ਦੇ ਦਿੱਤੀ ਸੀ। ਜਦੋਂ ਚੇਲਿਆਂ ਨੂੰ ਇਖਤਿਆਰ ਦਿੱਤਾ ਪ੍ਰਭੂ ਯਿਸੂ ਮਸੀਹ ਜੀ ਨੇ, ਕਿਹਾ ਜਾਓ ਜਾ ਕੇ ਪਿੰਡਾਂ ਸ਼ਹਿਰਾਂ ਦੇ ਵਿੱਚ ਰੋਗੀਆਂ ਨੂੰ ਚੰਗੇ ਕਰੋ ਤੇ ਦੁਸ਼ਟ ਦੇ ਜਕੜਿਆਂ ਨੂੰ ਆਜ਼ਾਦ ਕਰੋ। ਇਹ ਸ਼ਕਤੀ ਤਾਂ ਪ੍ਰਭੂ ਯਿਸੂ ਮਸੀਹ ਨੇ ਪਹਿਲਾਂ ਹੀ ਦੇ ਦਿੱਤੀ ਸੀ। ਹੁਣ 120 ਚੇਲੇ ਪੈਂਤੇਕੋਸ ਦੇ ਦਿਨ ਤੱਕ ਕਿਹੜੀ ਸ਼ਕਤੀ ਦਾ ਇੰਤਜ਼ਾਰ ਕਰ ਰਹੇ ਸੀ? ਉਹ ਸ਼ਕਤੀ ਜਿਹਦੇ ਨਾਲ ਉਹ ਆਪਣੇ ਆਪ ਨੂੰ ਕੰਟਰੋਲ ਵਿੱਚ ਰੱਖ ਸਕਣ, ਜੋ ਸਿੱਖਿਆ ਆ ਉਹਨੂੰ ਪਕੜ ਕੇ ਰੱਖ ਸਕਣ। ਇਹ ਨਹੀਂ ਵੀ ਜਿੰਨੇ ਲਾਈ ਗੱਲੀ ਤੇ ਉਹਦੇ ਨਾਲ ਉੱਠ ਚੱਲੀ, ਵੀ ਅੱਜ ਪ੍ਰਭੂ ਯਿਸੂ ਮਸੀਹ ਜੀ ਦੀਆਂ ਗੱਲਾਂ ਸੁਣੀਆਂ, ਹਾਂਜੀ ਕਿਆ ਬਾਤ ਬਹੁਤ ਅੱਛੇ, ਤੇ ਕੱਲ ਨੂੰ ਹੋਰ ਕਿਸੇ ਨੇ ਆਣ ਕੇ ਸਿੱਖਿਆ ਦਿੱਤੀ, ਅੱਛਾ ਇਹ ਤਾਂ ਉਸੇ ਵੀ ਅੱਛੇ। ਨਹੀਂ, ਇੱਕ ਚੀਜ਼ ਨੂੰ ਪਕੜ ਵਿੱਚ ਰੱਖਣਾ, ਇੱਕ ਤਰ੍ਹਾਂ ਦੇ ਸਿਧਾਂਤਾਂ ਨੂੰ ਫੋਲੋ ਕਰਨਾ, ਇੱਕ ਰਸਤੇ ਉੱਤੇ ਚੱਲਣਾ ਤੇ ਡੋਲਣਾ ਨਹੀਂ, ਇੱਕ ਮੰਜ਼ਿਲ ਉੱਤੇ ਨਿਗਾਹ ਗੱਡ ਲਈ ਤੇ ਉਸ ਮੰਜ਼ਿਲ ਤੱਕ ਪਹੁੰਚਣਾ, ਰਾਹ ਵਿੱਚ ਰੁਕਣਾ ਨਹੀਂ, ਇਹ ਉਸ ਸ਼ਕਤੀ ਦੀ ਗੱਲ ਹੋ ਰਹੀ ਹੈ। ਔਰ ਇਸ ਸ਼ਕਤੀ ਸਿਰਫ ਪਵਿੱਤਰ ਆਤਮਾ ਤੋਂ ਮਿਲਦੀ ਆ। ਜੇ ਮਨ ਦੇ ਅੰਦਰ ਪਾਪ ਆ, ਮਨ ਚੰਚਲ ਆ, ਮਨ ਨੇ ਕਦੀ ਉੱਧਰ ਨੂੰ ਭੱਜਣਾ, ਕਦੀ ਉੱਧਰ ਨੂੰ ਭੱਜਣਾ, ਕਦੀ ਉੱਧਰ ਨੂੰ ਭੱਜਣਾ, ਪਰ ਜਦੋਂ ਪਵਿੱਤਰਤਾਈ ਆ ਗਈ, ਮਨ ਨੂੰ ਸਥਿਰਤਾ ਮਿਲ ਜਾਣੀ ਆ, ਠਹਿਰਾਵ ਆ ਜਾਣਾ ਮਨ ਨੂੰ, ਇਹਦੀਆਂ ਸੋਚਾਂ ਸਮਝਾਂ ਖਿਆਲ ਜਿਹੜਾ ਆ ਇਹਦਾ ਸਭ ਕੁਛ ਜਿਹੜਾ ਆ ਉਹ ਬਦਲ ਜਾਣਾ ਹੈ। ਹਾਲੇਲੂਇਆ। ਸੋ ਇੱਕ ਆਇਤ ਹੋਰ ਪੜ੍ਹਾਂਗੇ, ਯਰਮੀਆ ਦੀ ਕਿਤਾਬ ਉਹਦਾ 9 ਨੰਬਰ ਅਧਿਆਇ, ਉਹਦੀ 23-24 ਨੰਬਰ ਆਇਤ ਦੇਖਾਂਗੇ। ਯਰਮੀਆ ਓਲਡ ਟੈਸਟਮੈਂਟ ਦੇ ਵਿੱਚ ਉਹਦਾ 9 ਅਧਿਆਇ ਤੇ ਉਹਦੀ 23 ਨੰਬਰ ਪੰਕਤੀ ਤੋਂ 25 ਤੱਕ, ਯਹੋਵਾ ਇਉਂ ਆਖਦਾ ਹੈ। ਯਹੋਵਾ ਕੌਣ ਆ? ਸਰਵ ਸ਼ਕਤੀਮਾਨ ਪਰਮੇਸ਼ਵਰ, ਜਿਹਦੇ ਬਾਰੇ ਵਿੱਚ ਪਵਿੱਤਰ ਬਾਈਬਲ 'ਚ ਅਕਾਲ ਪੁਰਖ ਸ਼ਬਦ ਵੀ ਲਿਖਿਆ ਹੋਇਆ ਹੈ, ਅਕਾਲ ਪੁਰਖ ਪਰਮੇਸ਼ਵਰ।
ਸਤ ਸ੍ਰੀ ਅਕਾਲ ਪਰਮੇਸ਼ਵਰ ਵੀ ਜਿਹੜਾ ਹੈ ਯਹੋਵਾ ਪਰਮੇਸ਼ਵਰ ਜੀ ਨੂੰ ਸੰਬੋਧਨ ਕੀਤਾ ਗਿਆ ਹੈ। ਔਰ ਕਹਿੰਦਾ ਯਹੋਵਾ ਇਉਂ ਆਖਦਾ ਹੈ, ਬੁੱਧਵਾਨ ਆਪਣੀ ਬੁੱਧ ਉੱਤੇ ਮਾਣ ਨਾ ਕਰੇ, ਨਾ ਬਲਵਾਨ ਆਪਣੇ ਬਲ ਉੱਤੇ ਮਾਣ ਕਰੇ, ਨਾ ਧਨੀ ਆਪਣੇ ਧਨ ਉੱਤੇ ਮਾਣ ਕਰੇ, ਪਰ ਜਿਹੜਾ ਮਾਣ ਕਰਦਾ ਹੈ ਉਹ ਇਸ ਉੱਤੇ ਮਾਣ ਕਰੇ ਭਈ ਉਹ ਮੈਨੂੰ ਸਮਝਦਾ ਹੈ ਅਤੇ ਜਾਣਦਾ ਹੈ ਕਿ ਮੈਂ ਯਹੋਵਾ ਹਾਂ ਜਿਹੜਾ ਧਰਤੀ ਉੱਤੇ ਦਇਆ, ਇਨਸਾਫ ਅਤੇ ਧਰਮ ਦੇ ਕੰਮ ਕਰਦਾ ਹਾਂ, ਕਿਉਂ ਜੋ ਮੇਰੀ ਖੁਸ਼ੀ ਉਹਨਾਂ ਵਿੱਚ ਹੈ, ਯਹੋਵਾ ਦਾ ਵਾਕ ਹੈ। ਓਕੇ, ਸੋ ਕੀ ਕਹਿੰਦਾ ਉਹ ਪਰਮੇਸ਼ਵਰ ਜਿਹਨੇ ਇਸ ਧਰਤੀ ਦੀ ਸਿਰਜਣਾ ਕੀਤੀ ਆ, ਜਿਹਨੇ ਤੁਹਾਨੂੰ ਤੇ ਮੈਨੂੰ ਰਚਿਆ ਆ, ਜੋ ਕੁਛ ਇਸ ਧਰਤੀ ਉੱਤੇ ਨਜ਼ਰ ਆਉਂਦਾ, ਜਿਹਦੀ ਸਿਰਜਣਾ ਆ ਸਭ ਕੁਛ, ਉਹ ਪਰਮੇਸ਼ਵਰ ਇੱਦਾਂ ਕਹਿੰਦਾ ਆ ਕਿ ਜਿਹੜਾ ਬਹੁਤ ਅਕਲ ਵਾਲਾ ਆ ਉਹ ਆਪਣੀ ਅਕਲ ਉੱਤੇ ਮਾਣ ਨਾ ਕਰੇ। ਕਈ ਵਾਰੀ ਕਈ ਲੋਕੀ ਕਹਿੰਦੇ ਅਸੀਂ ਸਾਇੰਸ ਦੇ ਬਾਰੇ ਪੜਾਕੂ ਆ, ਅਸੀਂ ਵਿਗਿਆਨੀ ਆ, ਸਾਰੀਆਂ ਚੀਜ਼ਾਂ ਸਾਇੰਸ ਆ, ਪਰਮੇਸ਼ਵਰ ਨਹੀਂ ਹੁੰਦਾ। ਬਹੁਤ ਸਾਰੇ ਲੋਕੀ ਜਦੋਂ ਜ਼ਿਆਦਾ ਪੜ੍ਹ ਜਾਂਦੇ ਆ ਉਹ ਇੱਦਾਂ ਦੀਆਂ ਗੱਲਾਂ ਕਰਨ ਲੱਗ ਜਾਂਦੇ ਆ, ਸਾਨੂੰ ਸਾਰਾ ਹੀ ਪਤਾ ਆ, ਫਲਾਨੀ ਚੀਜ਼ ਸਾਨੂੰ ਪਤਾ ਆ, ਇਹ ਫਲਾਨਾ ਕੈਮੀਕਲ ਰਿਐਕਸ਼ਨ ਆ, ਇਹ ਫਲਾਨੀ ਚੀਜ਼ ਆ, ਧਮਕਾਨੀ ਚੀਜ਼ ਆ। ਕਹਿੰਦਾ ਬੁੱਧਵਾਨ ਆਪਣੀ ਬੁੱਧ ਉੱਤੇ ਮਾਣ ਨਾ ਕਰੇ। ਕਿਉਂ ਕਿਹਾ ਪਰਮੇਸ਼ਵਰ ਨੇ ਕਿ ਆਪਣੀ ਬੁੱਧ ਉੱਤੇ ਮਾਣ ਨਾ ਕਰੇ? ਉਹ ਜਿਹਨੂੰ ਚਾਹੇ ਬੁੱਧ ਦਿੰਦਾ ਆ ਤੇ ਜਿਹਨੂੰ ਚਾਹੇ ਦਿੱਤੀ ਹੋਈ ਬੁੱਧ ਮੋੜ ਵੀ ਲੈਂਦਾ ਆ। ਕਈਆਂ ਦੇ ਖਾਨੇ ਉਹਨੇ ਖਾਲੀ ਭੇਜੇ ਆ, ਉਹਦੇ ਵਿੱਚ ਬੁੱਧ ਹੈ ਹੀ ਨਹੀਂ। ਜਮਾਂਦਰੂ ਤੌਰ ਤੇ ਕੁਛ ਨਿਆਣੇ ਇਹੋ ਜਿਹੇ ਪੈਦਾ ਹੁੰਦੇ ਆ, ਉਹਨਾਂ ਨੂੰ ਸਮਝ ਨਹੀਂ ਲੱਗਦੀ, ਉਹ ਸਰੀਰ ਵਿੱਚ ਵੱਧਦੇ ਜਾਂਦੇ ਆ, ਪਰ ਜਿੱਦਾਂ ਉਮਰ ਦੇ ਹਿਸਾਬ ਨਾਲ ਚੀਜ਼ਾਂ ਸਮਝ ਆਉਣੀਆਂ ਚਾਹੀਦੀਆਂ, ਬੋਲਣਾ ਆਉਣਾ ਚਾਹੀਦਾ, ਉਦਾਂ ਉਹਨਾਂ ਨਾਲ ਨਹੀਂ ਹੁੰਦਾ। ਕਿਉਂ? ਕਿਉਂਕਿ ਬੁੱਧ ਵਾਲਾ ਪੋਰਸ਼ਨ ਐਮਟੀ ਆ, ਖਾਲੀ ਆ। ਕੁਛ ਬਹੁਤ ਪੜ੍ਹੇ ਆ, ਐਮਏ ਡਬਲ ਐਮਏ ਕੀਤੇ ਆ, ਪਰ ਕੁਛ ਇਹੋ ਜਿਹਾ ਸਦਮਾ ਲੱਗ ਗਿਆ, ਦਿਮਾਗ ਖਰਾਬ ਹੋ ਗਿਆ, ਹੁਣ ਉਹ ਕਮਲੀਆਂ ਗੱਲਾਂ ਕਰੀ ਜਾਂਦੇ ਆ। ਜੇ ਬਹੁਤਾ ਪੜ੍ਹ ਲਿਖ ਕੇ ਸਭ ਕੁਛ ਠੀਕ ਹੁੰਦਾ ਆ, ਮੈਂ ਪੜ੍ਹਾਈ ਦੇ ਵਿਰੋਧ 'ਚ ਨਹੀਂ ਹਾਂ, ਮੈਂ ਸਭ ਤੋਂ ਵੱਧ ਇਹ ਗੱਲ ਕਹਿੰਦੀ ਹਾਂ ਕਿ ਨਿਆਣੇ ਸਿਰਫ 12 ਹੀ ਨਾ ਪੜ੍ਹੋ, ਵੱਡੀਆਂ ਪੜ੍ਹਾਈਆਂ ਪੜ੍ਹੋ, ਬਹੁਤ ਜ਼ਰੂਰੀ ਆ, ਪੜ੍ਹਾਈ ਬਹੁਤ ਖਾਸ ਅਹਿਮੀਅਤ ਰੱਖਦੀ ਆ, ਪਰ ਪੜ੍ਹਾਈ ਪਰਮੇਸ਼ਵਰ ਨਾਲੋਂ ਉੱਤਮ ਨਹੀਂ ਆ। ਸੋ ਕਹਿੰਦਾ ਬੁੱਧਵਾਨ ਆਪਣੀ ਬੁੱਧ ਉੱਤੇ ਮਾਣ ਨਾ ਕਰੇ, ਨਾ ਬਲਵਾਨ ਆਪਣੇ ਬਲ ਉੱਤੇ ਮਾਣ ਕਰੇ। ਜੇ ਕਿਸੇ ਵਿੱਚ ਬਹੁਤ ਜ਼ੋਰ ਆ, ਉਹ ਇਹ ਨਾ ਸੋਚੇ ਕਿ ਰੱਬ ਨੂੰ ਵੀ ਮੈਂ ਧੱਕਾ ਲਾ ਕੇ ਪਾਸੇ ਕਰ ਦੂੰਗਾ, ਉਹ ਆਪਣੇ ਜ਼ੋਰ ਉੱਤੇ ਮਾਣ ਨਾ ਕਰੇ, ਕਿਉਂਕਿ ਪਰਮੇਸ਼ਵਰ ਦੇ ਬਲ ਅੱਗੇ ਕੋਈ ਵੀ ਚੀਜ਼ ਠਹਿਰ ਨਹੀਂ ਸਕਦੀ। ਨਾ ਧਨੀ ਆਪਣੇ ਧਨ ਉੱਤੇ, ਜਿਹਦੇ ਕੋਲ ਪੈਸਾ ਹੈ ਨਾ ਉਹ ਕਹਿੰਦਾ ਮੈਂ ਤਾਂ ਦੁਨੀਆ ਖਰੀਦ ਲੂੰ, ਮੈਂ ਜੋ ਮਰਜ਼ੀ ਕਰ ਲੂੰ। ਕਹਿੰਦਾ ਧਨੀ ਵੀ ਆਪਣੇ ਪੈਸੇ ਉੱਤੇ ਮਾਣ ਨਾ ਕਰੇ, ਕਈ ਵਾਰੀ ਧਨ ਰੱਖਿਆ ਹੀ ਰਹਿ ਜਾਂਦਾ, ਕਈਆਂ ਨੇ ਧਨ ਜੋੜਿਆ, ਇੰਨੇ ਧਨ ਦਾ ਵਾਰਸ ਹੀ ਕੋਈ ਨਹੀਂ ਹੈਗਾ ਬਾਅਦ 'ਚ। ਇਹ ਆ ਪਰਮੇਸ਼ਵਰ ਦਾ ਜ਼ੋਰ, ਤੁਸੀਂ ਧਨ ਨਾਲ ਜ਼ਮੀਨ ਖਰੀਦ ਸਕਦੇ ਆ, ਤੁਸੀਂ ਧਨ ਜੋੜ ਕੇ ਘਰ ਬਣਾ ਸਕਦੇ ਆ, ਬਿਲਡਿੰਗ ਬਣਾ ਸਕਦੇ ਆ, ਪਰ ਉਸ ਘਰ ਦੇ ਅੰਦਰ ਪ੍ਰੇਮ ਆਨੰਦ ਸ਼ਾਂਤੀ ਪਰਮੇਸ਼ਵਰ ਦੀ ਕਿਰਪਾ ਨਾਲ ਮਿਲਦਾ ਆ। ਤੁਸੀਂ ਜ਼ਮੀਨ ਖਰੀਦ ਸਕਦੇ ਆ, ਸਾਹ ਨਹੀਂ ਖਰੀਦ ਸਕਦੇ ਪੈਸੇ ਦੇ ਨਾਲ, ਧਨ ਦੌਲਤ ਦੇ ਨਾਲ ਤੁਸੀਂ ਫੈਕਟਰੀਆਂ ਦੇ ਮਾਲਕ ਬਣ ਸਕਦੇ, ਪਰ ਮਾਂ ਪਿਓ ਨਹੀਂ ਤੁਸੀਂ ਬਣ ਸਕਦੇ। ਬਹੁਤ ਸਾਰੇ ਲੋਕੀਆਂ IVF ਵੀ ਕਰਾਉਂਦੇ, 3-3 ਵਾਰੀ IVF ਵੀ ਉਹਨਾਂ ਦੇ ਫੇਲ ਹੋ ਜਾਂਦੇ ਆ, ਟੈਸਟ ਟਿਊਬ ਬੇਬੀਜ਼ ਜਿਹੜੇ ਲੈਂਦੇ ਆ, ਆਰਟੀਫਿਸ਼ਲ ਪ੍ਰੈਗਨੈਂਸੀ ਜਿਹਨੂੰ ਕਹਿੰਦੇ ਆ, ਜੇ ਉਹ ਨਾ ਚਾਹਵੇ ਤਾਂ ਉਹ ਵੀ ਕਾਮਯਾਬ ਨਹੀਂ ਹੋਣ ਦਿੰਦਾ। ਇਸ ਲਈ ਧਨੀ ਧਨ ਉੱਤੇ ਮਾਣ ਨਾ ਕਰੇ। ਤੁਹਾਡੇ ਕੋਲ ਧਨ ਦੌਲਤ ਬਹੁਤ ਹੋ ਸਕਦਾ, ਜੇ ਪਤੀ ਪਤਨੀ ਦੀ ਆਪਸ ਵਿੱਚ ਬਣਦੀ ਨਹੀਂ ਕੀ ਫਾਇਦਾ? ਧਨ ਬਹੁਤ ਹੋ ਸਕਦਾ, 1-1.5 ਲੱਖ ਦਾ ਗੱਦਾ ਹੋਵੇ, 4-5 ਲੱਖ ਵਾਲਾ ਬਿਸਤਰਾ ਬੈੱਡ ਹੋਵੇ, ਪਰ ਜੇ ਉਹਦੇ ਤੇ ਪੈ ਕੇ ਨੀਂਦ ਨਹੀਂ ਆਉਂਦੀ, ਸਰੀਰ ਨੂੰ ਆਰਾਮ ਹੈ ਨਹੀਂ, ਕਿਸ ਕੰਮ ਦਾ?
36 ਵਿਅੰਜਨ ਲੱਗੇ ਹੋ ਸਕਦੇ ਸਵੇਰ ਨੂੰ ਸ਼ਾਮ ਨੂੰ ਤੁਹਾਡੇ ਡਾਈਨਿੰਗ ਟੇਬਲ ਤੇ, ਤੇ ਜੇ ਡਾਕਟਰ ਨੇ ਕਿਹਾ ਕਿ ਤੈਨੂੰ ਤਲਿਆ ਨਹੀਂ ਪਚਦਾ, ਘਿਓ ਨਹੀਂ ਪਚਦਾ, ਮਿੱਠਾ ਨਹੀਂ ਪਚਦਾ, ਦੱਸੋ ਤੁਹਾਡੇ ਕਿਸ ਕੰਮ ਦੇ? ਡਾਕਟਰ ਕਹਿ ਦਿੰਦੇ ਜੀ ਖੁਸ਼ਕ ਰੋਟੀ ਖਾਣੀ ਪੈਣੀ ਤੁਹਾਨੂੰ, ਤੇ ਉਹ ਧਨ ਕਿਸ ਕੰਮ ਦਾ? ਪੈਸਾ ਬਹੁਤ ਜੋੜਿਆ, ਕੋਈ ਇਹੋ ਜਿਹੀ ਬਿਮਾਰੀ ਲੱਗ ਗਈ ਕਿ ਸਾਰਾ ਪੈਸਾ ਬਿਮਾਰੀ ਤੇ ਹੀ ਲੱਗੀ ਜਾਂਦਾ ਆ, ਉਹ ਧਨ ਕਿਸ ਕੰਮ ਦਾ? ਕਹਿੰਦਾ ਇਸ ਲਈ ਧਨੀ ਨੀ ਇਸ ਗੱਲ ਤੇ ਮਾਣ ਨਾ ਕਰੇ ਕਿ ਧਨ ਨਾਲ ਮੈਂ ਸਭ ਕੁਛ ਕਰ ਲੂੰਗਾ। ਕਹਿੰਦਾ ਜੇ ਕੋਈ ਜਾਣਾ ਮਾਣ ਕਰਦਾ ਆ ਤੇ ਉਹ ਸਿਰਫ ਇਸ ਗੱਲ ਤੇ ਕਰੇ ਭਈ ਉਹ ਮੈਨੂੰ ਸਮਝਦਾ ਹੈ। ਕਿਹਨੂੰ ਸਮਝਦਾ? ਪਰਮੇਸ਼ਵਰ ਨੂੰ। ਮਾਣ ਕਰਨ ਵਾਲੀ ਗੱਲ ਇਹ ਆ ਕਿ ਮੈਨੂੰ ਪਰਮੇਸ਼ਵਰ ਦਾ ਪਤਾ ਲੱਗ ਗਿਆ, ਉਹ ਸਭ ਕੁਛ ਕਰ ਸਕਦਾ, ਉਹ ਮੈਨੂੰ ਭਿਖਾਰੀ ਨੂੰ ਤਖ਼ਤ ਤੇ ਬਿਠਾ ਸਕਦਾ, ਤੇ ਤਖ਼ਤ ਉੱਤੇ ਬੈਠੇ ਨੂੰ ਜੇ ਪਤਾ ਲੱਗ ਗਿਆ ਕਿ ਉਹ ਯਾਦ ਰੱਖੇ ਕਿ ਮੈਂ ਜਿਹੜੇ ਪਰਮੇਸ਼ਵਰ ਨੂੰ ਜਾਣਦਾ ਉਹ ਤਖ਼ਤ ਤੋਂ ਲਾਉਣ ਦੀ ਤਾਕਤ ਵੀ ਰੱਖਦਾ ਆ। ਜਿਹੜਾ ਦੁੱਖ ਵਿੱਚ ਆ, ਜੇ ਉਹਨੂੰ ਪਰਮੇਸ਼ਵਰ ਦਾ ਪਤਾ ਲੱਗ ਗਿਆ ਤੇ ਉਹ ਸਮਝ ਲਵੇ ਕਿ ਮੇਰਾ ਪਰਮੇਸ਼ਵਰ ਮੈਨੂੰ ਦੁੱਖ ਵਿੱਚੋਂ ਬਾਹਰ ਕੱਢਣ ਦੀ ਤਾਕਤ ਰੱਖਦਾ, ਤੇ ਜਿਹੜਾ ਬਹੁਤ ਖੁਸ਼ੀ ਵਿੱਚ ਆ ਉਹ ਵੀ ਡਰ ਮੰਨੇ ਕਿ ਉਹ ਖੁਸ਼ੀਆਂ ਨੂੰ ਗਮੀਆਂ ਵਿੱਚ ਬਦਲਣ ਦੀ ਤਾਕਤ ਵੀ ਰੱਖਦਾ ਹੈ। ਜੇ ਕੋਈ ਕਹਿੰਦਾ ਮਾਣ ਕਰਦਾ, ਉਹ ਇਸ ਗੱਲ ਦਾ ਮਾਣ ਕਰੇ ਕਿ ਉਹ ਪਰਮੇਸ਼ਵਰ ਨੂੰ ਜਾਣਦਾ ਆ ਕਿ ਪਰਮੇਸ਼ਵਰ ਕੀ ਕੁਛ ਕਰ ਸਕਦਾ ਆ, ਉਹ ਪਰਮੇਸ਼ਵਰ ਨੂੰ ਸਮਝਦਾ ਆ ਕਿ ਪਰਮੇਸ਼ਵਰ ਕੀ ਕੁਛ ਕਰਨ ਦੀ ਤਾਕਤ ਰੱਖਦਾ। ਕਹਿੰਦਾ ਮੈਂ ਯਹੋਵਾ ਹਾਂ ਜਿਹੜਾ ਧਰਤੀ ਉੱਤੇ ਦਇਆ, ਇਨਸਾਫ਼ ਅਤੇ ਧਰਮ ਦੇ ਕੰਮ ਕਰਦਾ ਹਾਂ, ਜੋ ਮੇਰੀ ਖੁਸ਼ੀ ਉਹਨਾਂ ਵਿੱਚ ਹੈ, ਯਹੋਵਾ ਦਾ ਵਾਕ ਹੈ। ਪਰਮੇਸ਼ਵਰ ਕਿਹੜੇ ਕੰਮ ਕਰਦਾ ਆ? ਬੰਦੇ ਮਾਰਨ ਦਾ ਕੰਮ ਨਹੀਂ, ਧਿਆਨ ਨਾਲ ਸੁਣੋ, ਬੰਦੇ ਮਾਰਨ ਦਾ ਕੰਮ ਨਹੀਂ, ਦਇਆ, ਇਨਸਾਫ਼, ਧਰਮ ਦੇ ਕੰਮ। ਧਰਮ ਦੇ ਕੰਮ ਕੀ ਹੁੰਦੇ ਆ? ਕਿਸੇ ਇੱਕ ਰੰਗ ਦੇ ਕੱਪੜੇ ਪਾ ਲੈਣੇ ਧਰਮ ਦਾ ਕੰਮ ਨਹੀਂ ਆ, ਕਿਸੇ ਇੱਕ ਅਲਫਾਜ਼ ਨੂੰ ਅਪਣਾ ਕੇ ਉਹਦੇ ਜਕਾਰੇ ਲਾਉਣੇ, ਨਾਰੇ ਲਾਉਣੇ ਧਰਮ ਦਾ ਕੰਮ ਨਹੀਂ ਆ। ਧਰਮ ਦਾ ਕੰਮ ਆ ਕਿਸੇ ਦੀ ਮਦਦ ਕਰਨਾ, ਸਭ ਨਾਲ ਪ੍ਰੇਮ ਕਰਨਾ, ਵੰਡਣਾ, ਕਿਰਪਾਲੂ ਸੁਭਾਅ ਦੇ ਰਹਿਣਾ, ਨਰਮਾਈ ਵਿੱਚ ਰਹਿਣਾ, ਹਲੀਮੀ ਵਿੱਚ ਰਹਿਣਾ, ਇਹ ਆ ਪਰਮੇਸ਼ਵਰ ਦਾ ਕੰਮ। ਇਸ ਇਹਨਾਂ ਕੰਮਾਂ ਵਿੱਚ ਪਰਮੇਸ਼ਵਰ ਦੀ ਖੁਸ਼ੀ ਆ। ਕਿਸੇ ਨੂੰ ਮਾਰਨ ਵਿੱਚ ਪਰਮੇਸ਼ਵਰ ਦੀ ਖੁਸ਼ੀ ਨਹੀਂ ਆ, ਕਿਸੇ ਨੂੰ ਉਜਾੜਨ ਵਿੱਚ ਪਰਮੇਸ਼ਵਰ ਦੀ ਖੁਸ਼ੀ ਨਹੀਂ ਆ, ਕਿਸੇ ਨੂੰ ਬਿਮਾਰ ਕਰਨ ਵਿੱਚ ਪਰਮੇਸ਼ਵਰ ਦੀ ਖੁਸ਼ੀ ਨਹੀਂ ਆ। ਕਦੀ ਵੀ ਪਿਤਾ ਦੀ ਇੱਛਾ ਆਪਣੇ ਨਿਆਣਿਆਂ ਨੂੰ ਬਿਮਾਰੀ ਦੇ ਬਿਸਤਰੇ ਉੱਤੇ ਦੇਖਣ ਦੀ ਨਹੀਂ ਹੁੰਦੀ, ਕਿਸੇ ਪਿਓ ਦੀ ਇੱਛਾ ਆਪਣੇ ਨਿਆਣਿਆਂ ਨੂੰ ਰੋਂਦੇ ਹੋਏ ਦੇਖਣ ਦੀ ਨਹੀਂ ਇੱਛਾ ਹੁੰਦੀ। ਅਗਰ ਸਾਡੀ ਜ਼ਿੰਦਗੀ ਵਿੱਚ ਦੁੱਖ ਆਉਂਦੇ ਆ ਤੇ ਉਹਦੀ ਵਜ੍ਹਾ ਅਸੀਂ ਆ, ਖੁਦ ਅਸੀਂ, ਸਾਡੀਆਂ ਲਾਪਰਵਾਹੀਆਂ, ਸਾਡੀਆਂ ਅਣਗਹਿਲੀਆਂ ਹੋ ਸਕਦੀਆਂ, ਸਾਡੀਆਂ ਗਲਤੀਆਂ ਹੋ ਸਕਦੀਆਂ, ਸਾਡੇ ਗੁਨਾਹ ਹੋ ਸਕਦੇ, ਉਹਦੀ ਵਜ੍ਹਾ ਪਰਮੇਸ਼ਵਰ ਨਹੀਂ ਆ। ਅਗਰ ਅਸੀਂ ਕੋਈ ਸਜ਼ਾ ਭੁਗਤ ਰਹੇ ਹਾਂ, ਦੇਖੋ ਕੋਈ ਚੋਰੀ ਕਰਦਾ ਫੜਿਆ ਗਿਆ ਉਹਨੂੰ ਜੇਲ੍ਹ ਹੋ ਗਈ, ਕੋਈ ਕਤਲ ਕਰਦਾ ਫੜਿਆ ਗਿਆ ਉਹਨੂੰ ਜੇਲ੍ਹ ਹੋ ਗਈ, ਕੋਈ ਰੇਪ ਕਰਦਾ ਬਲਾਤਕਾਰ ਫੜਿਆ ਗਿਆ ਬਲਾਤਕਾਰੀ ਉਹਨੂੰ ਜੇਲ੍ਹ ਹੋ ਗਈ, ਇਹਦੇ ਵਿੱਚ ਕਿਹਦੀ ਕਸੂਰ ਕਹਿੰਦਾ ਆ? ਪਰਮੇਸ਼ਵਰ ਦਾ? ਪਰ ਚੋਰੀ ਕਰਨ ਵਾਲੇ ਦਾ, ਬਲਾਤਕਾਰੀ ਦਾ, ਕਾਤਲ ਦਾ, ਉਹਨਾਂ ਨੇ ਗਲਤੀਆਂ ਕੀਤੀਆਂ ਇਸ ਲਈ ਸਜ਼ਾ ਭੋਗ ਰਹੇ ਆ। ਇੱਦਾਂ ਹੀ ਕਈ ਤਰ੍ਹਾਂ ਦੀਆਂ ਗਲਤੀਆਂ ਅਸੀਂ ਆਪਣੇ ਜੀਵਨ ਵਿੱਚ ਕੀਤੀਆਂ ਆ, ਜਿਨ੍ਹਾਂ ਦੀ ਸਜ਼ਾ ਅਸੀਂ ਆਪਣੇ ਜੀਵਨ ਵਿੱਚ ਜੇਲ੍ਹਾਂ ਵਿੱਚ ਨਹੀਂ ਪਰ ਉਹ ਦੁੱਖਾਂ ਦੀਆਂ ਜੇਲ੍ਹਾਂ ਜਿਹੜੀਆਂ ਆ ਉਹ ਅਸੀਂ ਜਾਂ ਆਪਣੇ ਜਿਸਮ ਵਿੱਚ ਭੋਗ ਰਹੇ ਹਾਂ, ਜਾਂ ਆਪਣੇ ਬੱਚਿਆਂ ਦੇ ਜਿਸਮ ਦੇ ਵਿੱਚ ਭੋਗ ਰਹੇ ਹਾਂ, ਜਾਂ ਗਰੀਬੀ ਦੇ ਰੂਪ ਵਿੱਚ ਭੋਗ ਰਹੇ ਹਾਂ, ਕਰਜ਼ਿਆਂ ਦੇ ਰੂਪ ਵਿੱਚ ਭੋਗ ਰਹੇ, ਪਰ ਕਿਤੇ ਨਾ ਕਿਤੇ ਜ਼ਿੰਮੇਵਾਰ ਅਸੀਂ ਹੀ ਹਾਂ। ਇਹ ਗੱਲ ਸਾਨੂੰ ਸਮਝਣੀ ਪਊਗੀ। ਓਵਰ ਸਪੀਡ ਕੋਈ ਜਾ ਰਿਹਾ ਆ, ਕੋਈ ਨੁਕਸਾਨ ਹੋ ਗਿਆ, ਉਹਦੇ ਲਈ ਜ਼ਿੰਮੇਵਾਰ ਕੌਣ ਆ? ਪਰਮੇਸ਼ਵਰ ਕੇ ਓਵਰ ਸਪੀਡ ਵਾਲਾ? ਵਚਨ ਵਿੱਚ ਕੀ ਲਿਖਿਆ ਆ? ਕਹਿੰਦਾ ਹਕੂਮਤਾਂ ਦੀ ਆਗਿਆਕਾਰੀ ਕਰੋ। ਉੱਥੇ ਲਿਖਿਆ ਆ ਕਿ ਤੁਸੀਂ 40 ਤੇ ਜਾਣਾ, 60 ਤੇ ਜਾਣਾ, 80 ਤੇ ਜਾਣਾ, ਇਹ ਜਿਹੜਾ ਆ ਇਹ ਕਿਹੜਾ ਜ਼ੋਨ ਆ, ਇੱਥੇ ਕੋਈ ਵੀ ਆ ਸਕਦਾ ਆ, ਇੱਥੇ ਸਕੂਲ ਆ, ਬੱਚੇ ਰੋਡ ਕ੍ਰੋਸ ਕਰਦੇ ਆ, ਸਾਰੀਆਂ ਚੀਜ਼ਾਂ ਰੈੱਡ ਲਾਈਟਸ ਆ, ਤੁਸੀਂ ਰੈੱਡ ਲਾਈਟ ਜਿਹੜੀ ਆ ਉਹ ਨਹੀਂ ਹੋਈ ਤੇ ਤੁਸੀਂ ਸੜਕ ਕ੍ਰੋਸ ਕਰਨ ਲੱਗ ਗਏ ਪੈਦਲ ਤੁਰ ਕੇ, ਹੂ ਇਜ਼ ਰਿਸਪੋਂਸੀਬਲ ਫੋਰ ਦੈਟ? ਉਹਦੇ ਲਈ ਕੌਣ ਜ਼ਿੰਮੇਵਾਰ ਆ? ਅਸੀਂ ਖੁਦ। ਪਿੱਛੇ ਸਾਰਾ ਟੱਬਰ ਫਿਰ ਪਰਮੇਸ਼ਵਰ ਨੂੰ ਤਾਨੇ ਦਿੰਦਾ ਆ।
ਪਰ ਜ਼ਿੰਮੇਵਾਰ ਤਾਂ ਇਨਸਾਨ ਆ। ਅਰ ਵਚਨ ਕੀ ਦੱਸਦਾ ਪਰਮੇਸ਼ਵਰ ਦੀ ਖੁਸ਼ੀ ਕਿਹੜੇ ਕੰਮ 'ਚ ਆ? ਦਇਆ ਕਰਨ ਵਿੱਚ, ਧਾਰਮਿਕਤਾ ਦੇ ਕੰਮ ਕਰਨ ਵਿੱਚ ਤੇ ਇਨਸਾਫ ਕਰਨ ਦੇ ਵਿੱਚ। ਹਾਲੇਲੂਇਆ। ਮੈਂ ਇਹ ਨਹੀਂ ਕਹਿੰਦੀ ਕਿ ਪਵਿੱਤਰ ਆਤਮਾ ਨਹੀਂ ਹੁੰਦਾ, ਪਵਿੱਤਰ ਆਤਮਾ ਹੁੰਦਾ ਵਾ, ਕਿਉਂਕਿ ਬਾਈਬਲ 'ਚ ਲਿਖਿਆ ਮੈਂ ਤੁਹਾਨੂੰ ਉੱਪਰ ਪਵਿੱਤਰ ਆਤਮਾ ਕਹੂੰਗਾ ਤੁਹਾਡੇ ਉੱਤੇ ਬਹਾਵਾਂਗਾ। ਮੈਂ ਇਹ ਕਹਿੰਦੀ ਹਾਂ ਕਿ ਇਸ ਹੈ ਨਾ ਵੀਡੀਓ ਦੇ ਥਰੂ ਆਪਾਂ ਬਹੁਤ ਕੁਝ ਸਿੱਖਿਆ ਹੈਗਾ, ਅਤੇ ਇਸ ਕਰਕੇ ਅੱਗੇ ਵੀ ਇਸ ਵੀਡੀਓ ਨੂੰ ਤੁਸੀਂ ਤੁਹਾਡਾ ਧੰਨਵਾਦ ਕਰਦੀ ਕਿ ਤੁਸੀਂ ਪੂਰਾ ਇਸ ਵੀਡੀਓ ਨੂੰ ਵਾਚ ਕੀਤਾ। ਅਤੇ ਅਖੀਰ ਵਿੱਚ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਪਲੀਜ਼ ਤੁਸੀਂ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ, ਲਾਈਕ, ਕਮੈਂਟ ਪਿਆਰਾ ਜੀ ਜ਼ਰੂਰ ਕਰਿਓ ਕਿ ਤੁਹਾਨੂੰ ਇਸ ਵੀਡੀਓ 'ਚ ਕੀ ਸਿੱਖਣ ਨੂੰ ਮਿਲਿਆ ਪਵਿੱਤਰ ਆਤਮਾ ਬਾਰੇ। ਪਾਸਟਰ ਦਿਓਲ ਜੀ ਸਾਨੂੰ ਸਮਝਾਉਂਦੇ ਆ ਅਤੇ ਇਹਨਾਂ ਦਾ ਪ੍ਰਚਾਰ ਬਹੁਤ ਵਧੀਆ ਹੁੰਦਾ ਹੈ, ਆਤਮਿਕ ਹੁੰਦਾ ਹੈ, ਸਾਰਿਆਂ ਦਾ ਬਹੁਤ ਵਧੀਆ ਹੁੰਦਾ ਹੈ। ਪਾਸਟਰ ਅਨੁਕੂਲ ਨਰੂਲਾ ਦਾਸ ਜੀ ਵੀ ਬਹੁਤ ਵਧੀਆ ਹੁੰਦਾ ਹੈ ਅਤੇ ਸਾਡੇ ਇੱਥੇ ਪਾਸਟਰ ਆਕਾਸ਼ਦੀਪ ਜੀ ਹੈਗੇ, ਉਹਨਾਂ ਦਾ ਵੀ ਬਹੁਤ ਵਧੀਆ ਪ੍ਰਚਾਰ ਹੁੰਦਾ। ਇਹ ਮਤਲਬ ਕਿ ਦਾਸ ਇਹੋ ਜਿਹੇ ਹੈ ਨਾ, ਜਿੱਥੇ ਮੈਂ ਵੀ ਚਰਚ ਜਾਂਦੀ ਹਾਂ ਉਹ ਵੀ ਬਹੁਤ ਵਧੀਆ ਚਰਚ ਹੈਗੀ ਆ, ਸਾਨੂੰ ਸਭ ਤੋਂ ਜ਼ਿਆਦਾ ਉਹ ਪਰਮੇਸ਼ਵਰ ਦੇ ਨਜ਼ਦੀਕ ਲੈ ਕੇ ਜਾਂਦੇ ਹੈਗੇ ਆ। ਅਤੇ ਤੁਹਾਨੂੰ ਖੁਦ ਚੁਣਨਾ ਚਾਹੀਦਾ ਕਿ ਤੁਹਾਨੂੰ ਕਿਹੜਾ ਪਰਮੇਸ਼ਵਰ ਦੇ ਨੇੜੇ ਲੈ ਕੇ ਜਾਂਦਾ ਵਾ, ਜਿਹੜਾ ਕਿਹੜਾ ਤੁਹਾਨੂੰ ਚਮਤਕਾਰਾਂ ਵਿੱਚ ਉਲਝਾ ਰਹੇ ਆ ਅਤੇ ਕਿਹੜਾ ਤੁਹਾਨੂੰ ਆਪਣੀ ਤਰਫ ਲੈ ਕੇ ਜਾ ਰਹੇ। ਇੱਕ ਹੁੰਦਾ ਵਾ ਆਪਣੀ ਤਰਫ ਲੈ ਕੇ ਜਾਣਾ, ਇੱਕ ਹੁੰਦਾ ਸੰਸਾਰਿਕ ਤਰਫ ਲੈ ਕੇ ਜਾਣਾ, ਇੱਕ ਹੁੰਦਾ ਰੱਬ ਤਰਫ ਲੈ ਕੇ ਜਾਣਾ। ਔਰ ਤੁਸੀਂ ਜ਼ਰੂਰ ਜਾਂਚ ਇਸ ਚੀਜ਼ ਨੂੰ, ਔਰ ਮੇਰੇ ਵੱਲੋਂ ਸਭ ਤੋਂ ਜ਼ਿਆਦਾ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਮੇਰੇ ਚੈਨਲ ਕੋਲ। ਸੋ ਮੈਂ ਯਕੀਨ ਕਰਦੀ ਹਾਂ ਕਿ ਅੱਜ ਦੇ ਇਸ ਵਚਨ ਦੇ ਰਾਹੀਂ ਤੁਸੀਂ ਪਵਿੱਤਰ ਆਤਮਾ ਦੇ ਸੁਭਾਅ ਨੂੰ ਜਾਣਿਆ, ਪਵਿੱਤਰ ਆਤਮਾ ਦੀ ਸਮਰੱਥ ਨੂੰ ਜਾਣਿਆ, ਪਵਿੱਤਰ ਆਤਮਾ ਨੂੰ ਜਾਣਿਆ, ਔਰ ਅੱਜ ਦੇ ਇਸ ਵਚਨ ਦੇ ਰਾਹੀਂ ਤੁਸੀਂ ਵੱਡੀ ਆਸ਼ੀਸ਼ ਨੂੰ ਪਾਇਆ। ਸੋ ਪਰਮੇਸ਼ਵਰ ਦੀ ਕਿਰਪਾ ਹੁਣ ਤੋਂ ਹਮੇਸ਼ਾ ਹਮੇਸ਼ਾ ਤੀਕਰ ਪਰਮੇਸ਼ਵਰ ਦੇ ਚਾਹਣ ਵਾਲਿਆਂ ਦੇ ਉੱਤੇ ਬਣੀ ਰਹੇ। ਆਮੇਨ।